ਦੇ ਹੋਏ ਦੂਜਿਆਂ ਵਾਂਗੂ ਨਾ ਹੁਣ ਲੱਤਾਂ ਕਿਹੜੀ ਸਨ ਕਾਟੋ ਕਲੇਸ਼ ਕਰਨ ਔਰ ਆਪਣੀ ਇਸ ਜਿੱਤ ਨੂੰ ਕਾਮਯਾਬ ਕਰਕੇ ਦਿਖਾਉਣ ਔਰ ਜਲੰਧਰ ਦੇ ਜਿਹੜੇ ਮਸਲੇ ਇਹਨਾਂ ਨੇ ਪ੍ਰੋਮਿਸ ਕੀਤੇ ਵਾਅਦੇ ਕੀਤੇ ਸਾਨੂੰ ਉਮੀਦ ਆ ਪੂਰੇ ਕਰਨਗੇ ਅਤੇ ਇਹ ਸਾਡੇ ਉਮੀਦ ਬਾਕੀ ਹੁਣ ਜੋ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ। ਬਹੁਤ ਵੱਡੀ ਜਿਹੜੀ ਜਿੱਤ ਆ ਉਹ ਜਲੰਧਰ ਤੋਂ ਚਰਨਜੀਤ ਚੰਨੀ ਦੀ ਹੋਈ ਆ। ਟੋਟਲ 387,337 ਵੋਟਾਂ ਜਿਹੜੀਆਂ ਚਰਨਜੀਤ ਚੰਨੀ ਨੂੰ ਪਈਆਂ ਨੇ। ਦੂਸਰੀ ਗੱਲ ਕਰੀਏ ਸੁਸ਼ੀਲ ਕੁਮਾਰ ਰਿੰਕੂ ਦੀ, 2,13,032 ਜਿਹੜੀਆਂ ਵੋਟਾਂ ਜਿਹੜੀਆਂ ਪਈਆਂ ਨੇ। 1,74,305 ਜਿਹੜੀਆਂ ਵੋਟਾਂ ਚਰਨਜੀਤ ਚੰਨੀ ਨੂੰ ਵਾਧੂ ਪਈਆਂ ਨੇ। ਇੱਕ ਬਹੁਤ ਵੱਡੀ ਲੀਡ ਦਿੱਤੀ ਸੀ ਚਰਨਜੀਤ ਚੰਨੀ ਨੇ, ਉਸ ਦਾ ਜਿਹੜਾ ਪਿੱਛਾ ਨਹੀਂ ਕਰ ਸਕੇ ਜਿਹੜੇ ਸੁਸ਼ੀਲ ਕੁਮਾਰ ਰਿੰਕੂ। ਗੱਲ ਕਰੀਏ ਮਹਿੰਦਰ ਸਿੰਘ ਕੇਪੀ ਦੀ, 67,167 ਵੋਟਾਂ ਜਿਹੜੀਆਂ ਇਹਨਾਂ ਨੂੰ ਪਈਆਂ ਨੇ। ਅਤੇ ਤੀਸਰੇ ਨੰਬਰ 'ਤੇ ਗੱਲਬਾਤ ਕਰਦੇ ਹਾਂ ਪਵਨ ਕੁਮਾਰ ਟੀਨੂ ਦੀ, ਬਹੁਤ ਵੱਡੀ ਜਿਹੜੀ ਹਾਰ ਹੋਈ ਆ, ਬਹੁਤ ਘੱਟ ਵੋਟਾਂ ਜਿਹੜੀਆਂ ਪਈਆਂ ਨੇ। 2,72,740 ਵੋਟਾਂ ਜਿਹੜੀਆਂ ਪਈਆਂ ਨੇ ਪਵਨ ਕੁਮਾਰ ਟੀਨੂ ਨੂੰ। ਅਤੇ ਐਡਵੋਕੇਟ ਬਲਵਿੰਦਰ ਦੀ ਗੱਲ ਕਰਦੇ ਹਾਂ ਜਿਹੜੇ BSP ਤੋਂ ਨੇ, 64,816 ਵੋਟਾਂ ਪਈਆਂ ਨੇ। ਅਤੇ ਬਹੁਤ ਵੱਡੀ ਜਿਹੜੀ ਹਾਰ ਆ ਉਹ BJP ਨੂੰ ਜਲੰਧਰ ਦੇ ਵਿੱਚ ਦੇਖਣੀ ਪਈ ਆ। ਇੱਕ ਬਹੁਤ ਵੱਡਾ ਝਟਕਾ ਜਿਹੜਾ BJP ਨੂੰ ਜਲੰਧਰ ਦੇ ਵਿੱਚ ਦੇਖਣਾ ਪਿਆ ਵਾ। ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਤੇ ਆਮ ਆਦਮੀ ਪਾਰਟੀ ਛੱਡ ਕੇ BJP ਜੁਆਇਨ ਕੀਤੀ, ਪਰ ਕਿਤੇ ਨਾ ਕਿਤੇ ਉਸਦਾ ਫਲ ਜਿਹੜਾ ਵਾ ਸੁਸ਼ੀਲ ਕੁਮਾਰ ਰਿੰਕੂ ਨੂੰ ਨਹੀਂ ਮਿਲਿਆ। ਬਹੁਤ ਵੱਡਾ ਝਟਕਾ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਨੂੰ ਮਿਲਿਆ। ਅਦਿੱਤਿਆ ਯੋਗੀਨਾਥ ਨੇ ਵੀ ਜਿਹੜੀ ਇੱਥੇ ਲੁਧਿਆਣੇ ਦੇ ਵਿੱਚ ਆਏ, ਕਾਫੀ ਪ੍ਰਚਾਰ ਕੀਤਾ। ਨਰਿੰਦਰ ਮੋਦੀ ਜਲੰਧਰ ਦੇ ਵਿੱਚ ਆਏ, ਕਾਫੀ ਲੋਕ ਦੇਖਣ ਨੂੰ ਮਿਲ ਰਹੇ ਸੀ, ਪਰ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਝਟਕਾ ਜਿਹੜਾ ਵਾ ਉਹ BJP ਨੂੰ ਜਲੰਧਰ ਦੇ ਵਿੱਚ ਦੇਖਣ ਨੂੰ ਮਿਲਿਆ। ਇੱਕ ਹੋਰ ਸੀਟ ਮੰਨੀ ਜਾਂਦੀ ਸੀ। ਅੰਕਿਤ ਜੀ ਨਾਲ ਗੱਲਬਾਤ ਕਰਾਂਗੇ। ਅੰਕਿਤ ਜੀ, ਕਿਵੇਂ ਦਾ ਸਾਰਾ ਮਾਹੌਲ ਬਣਿਆ? ਇੱਕ ਚਰਨਜੀਤ ਚੰਨੀ ਨੂੰ ਬਹੁਤ ਵੱਡੀ ਜਿੱਤ ਜਿਹੜੀ ਜਲੰਧਰ ਵਿੱਚੋਂ ਹਾਸਲ ਹੋਈ ਆ। ਜਿਵੇਂ ਆਪਾਂ ਸਵੇਰੇ ਹੀ ਗੱਲ ਕਰ ਰਹੇ ਸੀਗੇ ਸੰਨੀ ਜੀ, ਚਰਨਜੀਤ ਸਿੰਘ ਚੰਨੀ ਦੀ ਇੱਕ ਜਿੱਤ ਹਾਸਲ ਪਹਿਲੇ ਹੀ ਲਿਖੀ ਹੋਈ ਸੀ, ਕਿਉਂਕਿ ਲੋਕ ਚਾਹੁੰਦੇ ਸੀਗੇ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਵਿੱਚੋਂ ਚੁਣਾਵ ਲੜਨ ਅਤੇ ਔਰ ਉਹਨਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਜਿਹੜੇ ਜਲੰਧਰ ਵਾਸੀ ਹੈ ਨਾ ਉਹਨਾਂ ਨੇ ਪੂਰਾ ਜਿਹੜਾ ਸੰਨੀ ਜੀ ਪੂਰਾ ਜ਼ੋਰ ਲਾ ਦਿੱਤਾ ਵਾ, ਕਿਉਂਕਿ ਸੁਸ਼ੀਲ ਕੁਮਾਰ ਰਿੰਕੂ, ਉਹੀ ਗੱਲ ਦੁਬਾਰਾ ਆਪਾਂ ਕਰ ਰਹੇ ਕਿ ਸੁਸ਼ੀਲ ਕੁਮਾਰ ਰਿੰਕੂ ਜਿਹੜਾ ਪਾਰਟੀ ਛੱਡ ਆਏ, ਲੋਕਾਂ ਨੂੰ ਇਸ ਚੀਜ਼ ਦਾ ਵਿਸ਼ਵਾਸ ਉੱਠ ਗਿਆ ਹੋਇਆ ਸੀਗਾ ਕਿ ਸੁਸ਼ੀਲ ਕੁਮਾਰ ਰਿੰਕੂ ਜਿਹੜਾ ਇੱਕ ਪਾਰਟੀ ਦਾ ਨਹੀਂ ਹੋਇਆ, ਫਿਰ ਦੂਜੀ ਦਾ ਨਹੀਂ ਹੋਇਆ, ਹੁਣ ਤੀਜੀ ਦਾ ਕਿਵੇਂ ਹੋਏਗਾ ਤੇ ਜਨਤਾ ਦਾ ਕਿਵੇਂ ਹੋਏਗਾ। ਇਸ ਕਰਕੇ ਜਨਤਾ ਨੇ ਉਹਨਾਂ ਤੋਂ ਵਿਸ਼ਵਾਸ ਜਿਹੜਾ ਉਹਨਾਂ ਤੋਂ ਚੱਕ ਲਿਆ ਤੇ ਦੂਜੇ ਪਾਸੇ BJP ਨੂੰ ਵਿਰੋਧ ਜਿਹੜਾ ਕਿ ਕਾਫੀ ਜਿਹੜਾ ਕੀਤਾ ਗਿਆ ਪਿੰਡਾਂ ਦੇ ਵਿੱਚ ਕਿਸਾਨਾਂ ਵੱਲੋਂ, ਤੇ ਇਸ ਕਰਕੇ ਵੀ ਜਿਹੜਾ ਉਹਨਾਂ ਨੂੰ ਪਿੰਡਾਂ ਵਿੱਚ ਜਿਹੜਾ ਗੜ ਉਹਨਾਂ ਦਾ BJP ਦਾ ਨਹੀਂ ਸੀਗਾ, ਚਰਨਜੀਤ ਸਿੰਘ ਚੰਨੀ ਦਾ ਪ੍ਰੋਪਰ ਗੜ, ਜਿਵੇਂ ਰਾਜ ਕੁਮਾਰ ਅਰੋੜਾ ਨੇ ਵੀ ਦੱਸਿਆ ਕਿ ਜਿਹੜਾ ਗੜ ਉਹਨਾਂ ਦਾ ਆਦਮਪੁਰ ਹੋ ਗਿਆ, ਫਲੋਰ ਹੋ ਗਿਆ, ਇਹ ਗੜ ਸੀਗਾ, ਚੌਧਰੀ ਪਰਿਵਾਰ ਦਾ ਪੁਰਾਣਾ ਗੜ ਸੀਗਾ, ਪਰ ਚੌਧਰੀ ਪਰਿਵਾਰ ਦੇ ਜਾਣ ਨਾਲ ਕੋਈ ਫਰਕ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਨਹੀਂ ਮਿਲਿਆ। ਜਿਹੜੀ ਇਹ ਤੁਹਾਨੂੰ ਪਤਾ ਵਾ ਕਿ ਇਹ ਸ਼ੁਰੂ ਤੋਂ ਜਿਹੜੀ ਹੈ ਜਲੰਧਰ ਸੀਟ ਕਾਂਗਰਸ ਦੀ ਮੰਨੀ ਜਾਂਦੀ, ਕਾਂਗਰਸ ਦਾ ਗੜ ਮੰਨਿਆ ਜਾਂਦਾ। ਪਿਛਲੇ ਸਾਲ ਜਿਹੜਾ ਰਿੰਕੂ ਜਿੱਤੇ ਸੀਗੇ ਆਮ ਆਦਮੀ ਪਾਰਟੀ ਤੋਂ, ਲੋਕਾਂ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਜਿੱਤ ਹਾਸਲ ਕਰਵਾਈ ਸੀ, ਪਰ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਵੀ ਲੋਕ ਵੀ ਉਹਨਾਂ ਦੇ ਨਾਲ ਜਿਹੜੇ ਨਾਰਾਜ਼ ਚੱਲ ਰਹੇ ਨੇ। ਕਿਵੇਂ ਦੇਖਦੇ ਹੋ ਕਿ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਵਾਬ ਦਿੱਤਾ ਵਾ? ਪਿਛਲੀ ਵਾਰ ਜਿਹੜਾ ਲੋਕ ਕਾਂਗਰਸ ਪਾਰਟੀ ਤੋਂ ਨਾਰਾਜ਼ ਨਹੀਂ ਸੀਗਾ ਜਦੋਂ ਉਪ ਚੁਣਾਵ ਹੋਏ, ਉਦੋਂ ਚੌਧਰੀ ਪਰਿਵਾਰ ਤੋਂ ਨਾਰਾਜ਼ ਸੀਗਾ। ਜੇ ਚੌਧਰੀ ਪਰਿਵਾਰ ਦੀ ਜਗ੍ਹਾ ਕਿਸੇ ਹੋਰ ਨੂੰ ਉਦੋਂ ਸੀਟ ਦਿੱਤੀ ਹੁੰਦੀ, ਸ਼ਾਇਦ ਹੀ ਸੁਸ਼ੀਲ ਕੁਮਾਰ ਰਿੰਕੂ ਉਸ ਸੀਟ ਦੇ ਉੱਤੇ ਕਾਮਯਾਬ ਹੁੰਦੇ। ਇਸ ਕਰਕੇ ਚੌਧਰੀ ਪਰਿਵਾਰ ਬਿਲਕੁਲ ਵੀ, ਆਪਾਂ ਕਹੀਏ ਚੌਧਰੀ ਪਰਿਵਾਰ BJP 'ਚ ਚਲਾ ਗਿਆ ਤੇ ਚੰਨੀ ਨੂੰ ਨੁਕਸਾਨ ਹੋਇਆ, ਪਰ ਚੰਨੀ ਚਰਨਜੀਤ ਸਿੰਘ ਚੰਨੀ ਨੂੰ ਇਸ ਦੀ ਕੋਈ ਵੀ ਜਿਹੜਾ ਨੁਕਸਾਨ ਨਹੀਂ ਹੋਇਆ। ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਦਾ ਪਰਿਵਾਰ ਵੀ ਜਿਹੜਾ ਹੁਣ
ਪਹੁੰਚ ਚੁੱਕਿਆ ਹੋਇਆ। ਚਰਨਜੀਤ ਸਿੰਘ ਚੰਨੀ ਆਪ ਵੀ ਉੱਥੇ ਸਰਟੀਫਿਕੇਟ ਲੈਣ ਲਈ ਸਪੋਰਟਸ ਕਾਲਜ ਦੇ ਵਿੱਚ ਮੌਜੂਦ ਹਨ, ਔਰ ਉਹਨਾਂ ਦਾ ਪਰਿਵਾਰ ਵੀ ਹੁਣ ਉੱਥੇ ਪਹੁੰਚ ਚੁੱਕਿਆ, ਔਰ ਪਰਿਵਾਰ ਦੇ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ ਤੇ ਪਰਿਵਾਰ ਬਹੁਤ ਉਹਨਾਂ ਦਾ ਖੁਸ਼ ਨਜ਼ਰ ਆ ਰਿਹਾ ਸੀ। ਤੇ ਉਹਨਾਂ ਦੀ ਵਾਈਫ ਦਾ ਕਹਿਣਾ ਸੀਗਾ ਕਿ ਚਰਨਜੀਤ ਸਿੰਘ ਚੰਨੀ ਜਿਹੜਾ ਉਹ ਦਿਲ 'ਚ ਲੋਕਾਂ ਦੇ ਵਸਦੇ ਸੀ ਤੇ ਤਾਂ ਹੀ ਜਲੰਧਰ ਦੇ ਵਿੱਚ ਅੱਜ ਉਹਨਾਂ ਦੀ ਵਿਜੇ ਹੋਏ ਨੇ। ਰੋੜਾ ਜੀ, ਕਿਵੇਂ ਦੇਖਦੇ ਹੋ ਕਿ ਚਰਨਜੀਤ ਚੰਨੀ ਨੇ ਇੱਕ ਬਹੁਤ ਵੱਡੀ ਜਿਹੜੀ ਜਿੱਤ ਹਾਸਲ ਕੀਤੀ ਆ, ਤੇ ਕਿਵੇਂ ਦੇਖਦੇ ਹੋ, ਕਿਵੇਂ ਦਾ ਜਿਹੜਾ ਮਾਹੌਲ ਬਣ ਚੁੱਕਾ, ਖੁਸ਼ੀ ਦੀ ਬੜੀ ਲਹਿਰ ਆ ਜਲੰਧਰ ਦੇ ਜਿਹੜੇ ਲੋਕ ਸੀਗੇ ਕਾਫੀ ਪਸੰਦ ਕਰ ਰਹੇ ਸੀ, ਉਹਨਾਂ ਨੇ 3-4 ਮਹੀਨਿਆਂ ਦੇ ਵਿੱਚ ਵੀ ਕਾਫੀ ਵਧੀਆ ਕੰਮ ਕੀਤੇ ਸੀ, ਕਿਵੇਂ ਦੇਖਦੇ ਹੋ ਇਹ ਸਾਰਾ? ਸੰਨੀ ਜੀ, ਤੁਹਾਨੂੰ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਦੋਂ 111 ਦਿਨ ਦੇ ਮੁੱਖ ਮੰਤਰੀ ਰਹੇ ਸੀ ਜੀ, ਇਹ ਲੋਕਾਂ ਦੇ ਵਿੱਚ ਵਿਚਰੇ, ਲੋਕਾਂ ਦੇ ਨਾਲ ਦੇ, ਤੁਸੀਂ ਦੇਖਦੇ ਕਿ ਡੇਲੀ ਸੋਸ਼ਲ ਮੀਡੀਆ 'ਤੇ ਹਾਈਲਾਈਟ ਰਹਿੰਦੇ ਸੀ, ਕਦੀ ਕਿਸੇ ਗਰੀਬ ਨਾਲ ਬਹਿ ਕੇ ਰੋਟੀ ਖਾਂਦੇ ਹੁੰਦੇ ਸੀ, ਜੇ ਕਿਸੇ ਪ੍ਰੋਗਰਾਮ ਜਾਂਦੇ ਉੱਥੇ CM ਨਹੀਂ ਬਣਦੇ ਸੀ, ਔਰ ਬਕਾਇਦਾ ਉੱਦਾਂ ਦੇ ਆਪਣੇ ਆਪ ਨੂੰ ਢਾਲ ਲੈਂਦੇ ਸੀ ਜੀ। ਔਰ ਲੋਕ ਹੁਣ ਆਪਾਂ ਲਾ ਲਓ, ਜਿੱਦਾਂ ਹੁਣ ਆਪਾਂ ਇੱਥੇ ਬੈਠੇ ਹਾਂ, ਜੋ ਕੋਈ ਬੰਦਾ ਹੁੰਦਾ ਜੇ ਤਾਂ ਆਪਣੇ ਆਪ ਨੂੰ ਢਾਲ ਜਾਵੇ ਅਤੇ ਆਪਾਂ ਨੂੰ ਵਧੀਆ ਲੱਗਦਾ ਆਪਾਂ ਖੁੱਲ੍ਹ ਗਏ, ਤਾਂ ਜਦੋਂ ਕਈ ਵਾਰ ਬੰਦਾ ਹੁੰਦਾ ਆਪਾਂ ਨੂੰ ਲੱਗਦਾ ਓਪਰਾ ਜਿਹਾ, ਉਹ ਫਿਰ ਬੰਦੇ ਨੂੰ ਲੋਕ ਲਾਇਕ ਨਹੀਂ ਕਰਦੇ, ਆਪਾਂ ਵੀ ਦੇ ਜਾਵੇ ਕਿਸੇ 'ਤੇ ਚਲਾ ਜਾਵੇ ਚੰਗੀ ਗੱਲ। ਔਰ ਇਹੀ ਇੱਕ ਗੱਲ ਸੀਗੀ ਜੋ ਰਿੰਕੂ ਜੀ ਸੀ, ਇਹ ਭਾਵੇਂ ਕੁਛ ਗੱਲਾਂ ਦਾ ਦਿਖਾਵਾ ਵੀ ਕਰਦੇ ਸੀਗੇ ਪਰ ਹਕੀਕਤ ਵਿੱਚ ਉਹ ਉਂਝ ਨਹੀਂ ਸੀਗੇ। ਦੂਸਰੀ ਗੱਲ ਸੀਗੀ ਕਿ ਜਿਹੜੇ ਇਹਨਾਂ ਨੇ ਪਾਰਟੀ ਬਾਈ ਛੱਡੀਆਂ, ਉਹੀ ਲੋਕਾਂ 'ਚੋਂ ਭਾਈ ਦੱਸਿਆ ਵੀ ਲੋਕ ਇਹ ਸੋਚਦੇ ਅੱਜ ਕਿਸੇ ਦਾ, ਕੱਲ੍ਹ ਕਿਸੇ ਦਾ, ਪਰਸੋਂ ਕਿਸੇ ਦਾ, ਤਾਂ ਸਾਡਾ ਕਦੋਂ ਹੋਊਗਾ ਇਹ? ਉੱਥੇ ਕੋਈ ਉਮੀਦ ਨਹੀਂ ਸੀਗੀ। ਸੋ ਇਸ ਕਰਕੇ ਉਹਨਾਂ ਨੇ ਆਪਣਾ ਇਹ ਫਤਵਾ ਦਿੱਤਾ। ਔਰ ਚੰਨੀ ਜੀ ਸ਼ੁਰੂ ਤੋਂ ਹੀ ਲੋਕਾਂ ਦੇ ਹਰਮਨ ਪਿਆਰੇ ਸੀ, ਔਰ ਮੈਂ ਸ਼ਾਇਦ ਪਹਿਲਾਂ ਵੀ ਇੱਕ ਆਪਣੇ ਆਰਟੀਕਲ ਵਿੱਚ ਲਿਖਿਆ ਸੀ ਆਪਣੇ ਵੱਲੋਂ ਇਸ ਗੱਲ ਦਾ ਵੀ ਚੰਨੀ ਜਿੱਤੂਗਾ ਜ਼ਰੂਰ, ਭਾਵੇਂ ਇੱਕ ਵੋਟ ਨਾ ਹੀ ਜਿੱਤੇ, ਭਾਵੇਂ ਉਹ ਮੇਰੀ ਵੋਟ ਕਿਉਂ ਨਾ ਹੋਵੇ ਜੀ। ਮੈਂ ਪਹਿਲਾਂ ਵੀ ਲਿਖਿਆ ਸੀ, ਅੱਜ ਵੀ ਮੇਰੀ ਚੰਨੀ ਜੀ ਨਾਲ ਵੀ ਗੱਲ ਹੋਈ, ਮੈਂ ਚੰਨੀ ਭਾਵੇਂ ਇੰਨੀ ਵੋਟ, ਮੈਂ ਹੱਸਦੇ ਹੋਏ ਕਿਹਾ, ਮੈਂ ਕਿਹਾ ਚੰਨੀ ਜੀ ਮੇਰੀ ਵੋਟ ਜਿੱਤ ਗਈ, ਅਤੇ ਉਹ ਮੈਨੂੰ ਬਹੁਤ ਖੁਸ਼ੀ, ਬਹੁਤ ਹੱਸ ਕੇ ਉਹਨੂੰ ਮੈਂ ਜਵਾਬ ਇਹ ਦਿੱਤਾ ਕਿ ਅਰੋੜਾ ਸਾਹਿਬ ਤੁਹਾਡਾ ਥੈਂਕ ਯੂ। ਅਰੋੜਾ ਸਾਹਿਬ ਕਾਫੀ ਰੁਝਾਨ ਕਾਫੀ ਸ਼ੁਰੂ ਤੋਂ ਹੀ, ਜਦੋਂ ਉਦੋਂ ਚੰਨੀ ਸਾਹਿਬ ਨੂੰ ਟਿਕਟ ਦਿੱਤੀ, ਕਾਫੀ ਲੋਕ ਇੱਥੇ ਖੁਸ਼ ਸੀਗੇ ਕਿ ਚੰਨੀ ਸਾਹਿਬ ਨੂੰ ਜਲੰਧਰ 'ਚੋਂ ਟਿਕਟ ਦਿੱਤੀ ਆ। ਚੌਧਰੀ ਪਰਿਵਾਰ ਤੋਂ ਵੀ ਕਾਫੀ ਲੋਕ ਨਾ ਖੁਸ਼ ਸੀਗੇ ਕਿ BJP ਜੁਆਇਨ ਕਰ ਲਈ, ਕਾਂਗਰਸ ਨੇ ਇੰਨਾ ਖੁਸ਼ ਦਿੱਤਾ ਉਹਨਾਂ ਨੂੰ, ਤੁਹਾਨੂੰ ਪਤਾ ਪਰਿਵਾਰ ਦੇ ਵਿੱਚ ਹੀ ਟਿਕਟਾਂ ਸਾਰੀਆਂ, ਉਹਨਾਂ ਦੇ MLA ਬਣੇ, MP ਬਣੇ, ਅਤੇ ਦੁਬਾਰਾ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਪਰ ਉਹਨਾਂ ਤੋਂ ਟਿਕਟ ਜਿਹੜੀ ਉਹ ਨਿਕਲ ਨਹੀਂ ਸਕੀ, ਅਤੇ ਇਸ ਕਰਕੇ ਉਹਨਾਂ ਨੇ ਚੰਨੀ ਸਾਹਿਬ ਨੂੰ ਜਿਹੜੀ ਟਿਕਟ ਦਿੱਤੀ ਆ, ਅਤੇ ਕਾਫੀ ਲੋਕ ਉਹਨਾਂ ਨੂੰ ਪਸੰਦ ਕਰ ਰਹੇ ਸੀ। ਤੁਹਾਨੂੰ ਕਿੰਨਾ ਕੁ ਲੱਗਦਾ ਕਿ ਚੌਧਰੀ ਪਰਿਵਾਰ ਨੂੰ ਜਿਹੜਾ ਨੁਕਸਾਨ ਹੋਇਆ ਇਸ ਚੀਜ਼ ਦਾ? ਚੌਧਰੀ ਸਾਹਿਬ ਪਰਿਵਾਰ ਨੂੰ ਦੇਖਿਆ ਜਾਵੇ ਤਾਂ ਪਹਿਲਾਂ ਇਹ ਦੋਨੇ ਬ੍ਰਦਰ ਚੌਧਰੀ ਜਗਦੀਪ ਸਿੰਘ ਜੀ ਜੀ ਔਰ ਚੌਧਰੀ ਸੰਤੋਖ ਸਿੰਘ ਜੀ, ਇਹ ਦੋਨੇ ਸਕੇ ਭਰਾ ਆ ਜੀ, ਅਤੇ ਇਹ ਦੋਨਾਂ ਨੇ ਮਿਨਿਸਟਰ ਹੈ ਕਾਂਗਰਸ ਸਰਕਾਰਾਂ 'ਚ, ਪਰ ਅੱਗੇ ਜਦੋਂ ਚੌਧਰੀ ਜਗਦੀਪ ਸਿੰਘ ਚਲ ਗਏ ਉਹਦਾ ਬੈਨੀਫਿਟ ਸੁਰਿੰਦਰ ਨੂੰ ਮਿਲਿਆ, ਚੌਧਰੀ ਸੁਰਿੰਦਰ ਨੂੰ ਮਿਲਿਆ ਜੀ, ਪਰ ਉਹਨੇ ਪਿਛਲੀ ਵਾਰ ਕੀ ਕੀਤਾ, ਜਦੋਂ ਪਿਛਲੀ ਵਾਰ ਉਹ ਪਾਰਟੀ ਛੱਡ ਗਿਆ, ਉਹਨੇ ਆਪਣੀ ਔਕਾਤ ਹਾਸੀ ਕਿ ਅਸੀਂ ਉਹੀ ਪਾਰਟੀ ਦੇ, ਭਾਵੇਂ ਫਿਰ ਵਾਪਸ ਆ ਗਿਆ ਸੀ ਪਰ ਉਹਨੇ ਸ਼ਾਮਲ ਕਰਤਾ ਕਿ ਮੈਂ ਪਾਰਟੀ ਦਾ ਵਫ਼ਾਦਾਰ ਨਹੀਂ, ਮੈਂ ਤਾਂ ਮੌਕਾ ਪ੍ਰਸਤ ਹਾਂ ਜੀ। ਹੁਣ ਇੱਦਾਂ ਹੀ ਨਾ ਹੋਈ, ਹੁਣ ਜੇ ਭਾਵੇਂ ਪਾਰਟੀ ਨੇ ਦੇਖਿਆ ਵੀ ਇਸ ਵੇਲੇ ਲੋੜ ਸੀ ਕਿ ਲੋਕ ਜਿਹਨੂੰ ਪਸੰਦ ਕਰਦੇ ਆ, ਕਿਉਂਕਿ ਜਿਹੜੇ ਬੰਦੇ ਇਹ ਜਿਹੜੇ ਲੀਡਰਾਂ ਦੀ ਚੋਣ ਕਰਦੀ ਆ, ਕਮੇਟੀਆਂ ਕਰਦੀਆਂ, ਉਹਨਾਂ ਨੇ ਦੇਖਿਆ ਪਹਿਲਾਂ ਚੌਧਰੀ ਬਿਕਰਮ ਸਿੰਘ ਨੂੰ ਮਿਲਦੀ ਸੀ ਸੀਟ ਜੋ ਦੇਖਣ ਦੀ ਸੀ, ਪਰ ਐਂਡ ਦੇ ਵੀ ਉਹ ਕਲੀਅਰ ਨਹੀਂ ਹੋਇਆ ਕਿਉਂਕਿ ਉਹਨਾਂ ਜਿਹੜੇ ਉੱਪਰ ਚੋਣ ਕਰਦੇ ਸੀ ਉਹਨਾਂ ਦੇਖਿਆ ਵੀ ਚੰਨੀ ਬੈਟਰ ਆ, ਅਤੇ ਕਿਤੇ ਨਾ ਕਿਤੇ ਬਿਕਰਮ ਸਿੰਘ ਪਰਿਵਾਰ ਨੂੰ, ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੂੰ ਇਹ ਸੋਚਣਾ ਚਾਹੀਦਾ ਸੀਗਾ ਵੀ ਅਸੀਂ ਚਲੋ ਨਹੀਂ ਸੀਟ ਮਿਲੀ ਕੋਈ ਨਹੀਂ, ਵੀ ਚੰਨੀ ਆਇਆ ਕੋਈ ਉਹ ਵੀ ਸਾਡਾ ਹੀ ਆ, ਸਾਡਾ ਪਰਿਵਾਰ। ਹੁਣ ਤੁਹਾਡੀ ਮੈਂ ਨੌਲੇਜ ਆ ਦੇਵਾਂ, ਚੌਧਰੀ ਪਰਿਵਾਰ ਵੀ ਪਵਾਰ ਫੈਮਿਲੀ ਚੋਂ, ਇਹ ਸ਼ਰੀਕੇ ਚੋਂ ਜੀ ਜੀ ਜੀ, ਅਤੇ ਚਰਨਜੀਤ ਚੰਨੀ ਵੀ ਪਵਾਰ ਕੋਸਟ ਵਿੱਚੋਂ ਕਾਸਟ ਵਿੱਚੋਂ ਆ, ਅਤੇ ਆਪਣੇ ਚੌਧਰੀ ਜਗਜੀਤ ਸਿੰਘ ਔਰ ਚੌਧਰੀ ਸੰਤੋਖ ਸਿੰਘ ਵੀ ਇਹ ਵੀ ਪਵਾਰ ਕੋਸਟ ਆ।
ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਚੱਲ ਯਾਰ ਸਾਡੇ ਸ਼ਰੀਕੇ 'ਚ ਵੋਟ ਆਈ, ਸੀਟ ਤਾਂ ਸਾਡੇ ਸ਼ਰੀਕੇ 'ਚ ਆਈ ਆ ਜੀ ਜੀ। ਉਹਨਾਂ ਨੇ ਇਹ ਨਹੀਂ ਸੋਚਿਆ ਤੇ ਬਸ ਉਲਟਾ ਚਪਕਾ ਰਹੇ ਆਪਣਾ ਲੰਗ ਲੋਕ ਚੱਕੇ ਰਹੇ ਤੇ ਚੱਲ ਬੀਜੇਪੀ 'ਚ ਭੱਜ ਗਏ। ਮਹਿੰਦਰ ਸਿੰਘ ਕੇਪੀ ਦੀ ਗੱਲ ਕਰਦੇ ਆ, ਉਹਨਾਂ ਨੂੰ 67,167 ਵੋਟਾਂ ਪਈਆਂ, ਕਿਵੇਂ ਦੇਖਦੇ ਹੋ ਕਿ ਉਹਨਾਂ ਦੇ ਰਿਸ਼ਤੇਦਾਰ ਵੀ ਸੀਗੇ ਤੇ ਕਾਫੀ ਨਿਰਾਸ਼ਾ ਦੇਖਣੇ ਪਈ ਇਹਨਾਂ ਨੂੰ ਵੀ, ਕਿਵੇਂ ਦੇਖਦੇ ਹੋ ਸਰ? ਭਾਈ ਚੌਧਰੀ ਜਿਹੜੇ ਕੇਪੀ ਸਾਹਿਬ ਹੈ, ਕੇਪੀ ਸਾਹਿਬ ਭਾਵੇਂ ਜਿੱਦਾਂ ਮਰਜ਼ੀ ਤੁਸੀਂ ਦੇਖਿਆ, ਹਰ ਵਾਰੀ ਇਹਨਾਂ ਨੂੰ ਤਾਂ ਹੀ ਅਣਗੋਲਿਆ ਕੀਤਾ ਜਾਂਦਾ ਕਿਉਂਕਿ ਜਿਹੜੇ ਵਰਕਰ ਹੈ ਉਹਨਾਂ ਦੇ ਵਫ਼ਾਦਾਰ ਨਹੀਂ ਗਏ। ਕਿਉਂਕਿ ਪਿਛਲੀ ਵਾਰ ਜਦੋਂ MP ਬਣੇ ਸੀ ਆਦਮਪੁਰ ਏਰੀਏ ਦੇ, ਹੋਰ ਏਰੀਏ ਦੇ ਬਹੁਤ ਲੋਕਾਂ ਨੇ ਪੂਰੀ ਮਿਹਨਤ ਦਿਨ ਰਾਤ ਕਰਕੇ ਇਹਨਾਂ ਜਿਤਾਇਆ, ਪਰ ਤੁਸੀਂ ਯਕੀਨ ਕਰੋ ਕਿ 5 ਸਾਲਾਂ ਵਿੱਚ ਮੈਂ ਆਪਣੇ ਏਰੀਏ 'ਚ ਨਹੀਂ ਕਦੀ ਦੇਖਿਆ ਜੀ 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 ਬਈ ਸਦਨਾ ਵੀ ਹਰ ਵਾਰੀ ਇੱਕ ਬੋਲਣ ਦਾ ਲਹਿਜਾ ਬਹੁਤ ਸੀ, ਜਦੋਂ ਦੇ ਕਿਤੇ ਜਾਣਾ ਇਹਦੇ ਘਰ ਵੀ ਕਿਤੇ ਕਿਸੇ ਕੰਮ ਜਾਣ ਨਹੀਂ ਹੁੰਦੇ ਸੀਗੇ। ਸੋ ਲੋਕਾਂ ਵੇ ਦੇਖਦੇ ਕਿ ਲੋਕ ਚਾਹੁੰਦੇ ਕਿ ਸਾਡਾ ਹੋਵੇ, ਹੁਣ ਚੰਨੀ ਚੰਨੀ ਹਰੇਕ ਨੂੰ ਪਤਾ ਸਾਡਾ ਚੰਨੀ ਜੀ, ਤੇ ਇਸ ਕਰਕੇ ਆਪਾਂ ਪਹਿਲਾਂ ਵੀ ਇਹ ਕਹਿੰਦੇ ਕਿ ਪਹਿਲੇ ਚੰਨੀ ਨੇ ਆਪਣਾ ਸਾਬਿਤ ਕੀਤਾ ਕਿ ਮੈਂ ਤੁਹਾਡਾ ਹਾਂ, ਔਰ ਲੋਕਾਂ ਨੇ ਉਸੇ ਵਿਸ਼ਵਾਸ ਨੂੰ ਤੇ ਜਿਹੜੇ ਫੁੱਲ ਚੜ੍ਹਾਏ ਆ, ਤੇ ਚੰਨੀ ਜੀ ਕਿਹਾ ਵੀ ਜੇ ਤੂੰ ਸਾਡਾ ਬਣਿਆ ਤੇ ਅਸੀਂ ਵੀ ਤੇਰੇ ਹਾਂ, ਤੇ ਉਹਨਾਂ ਨੇ ਆਹ ਬਹੁਮਤ ਦਿੱਤਾ ਆ। ਤੇ ਅੱਜ ਇਹਨਾਂ ਜੋ ਪੜ੍ਹਦੀ ਚੜ੍ਹਦੀ ਕਲਾ ਵਿੱਚ ਹੁੰਦੇ ਹੋਏ, ਔਰ 1 ਨਹੀਂ 2 ਨਹੀਂ 500 ਨਹੀਂ 1,000 ਨਹੀਂ 1.5 ਲੱਖ ਦਾ ਅੰਕੜਾ ਵੀ ਪਾਰ ਕਰ ਦਿੱਤਾ, 2.5 ਲੱਖ ਦਾ ਵੀ ਅੰਕੜਾ ਪਹੁੰਚ ਹੀ ਗਏ, ਤੇ ਇਹ ਇੱਕ ਬਹੁਤ ਵੱਡੀ ਜਿੱਤ ਆ। ਤੇ ਹੁਣ ਮੈਨੂੰ ਉਮੀਦ ਆ ਵੀ ਅਗਲੀ ਵਾਰੀ ਜਿਹੜੀ ਆ ਆਉਣਗੇ ਇਹਨਾਂ ਨੂੰ ਵੋਟਾਂ ਮੰਗਣੀਆਂ ਨਹੀਂ ਪੈਣੀਆਂ ਜੀ, ਔਰ ਇਹੋ ਜਿਹੇ ਕੰਮ ਕਰਨਗੇ ਤੇ ਅਗਲੀ ਵਾਰੀ ਪਰਮਾਤਮਾ ਮਿਹਰ ਕਰੇ ਇੱਦਾਂ ਦੇ ਕੰਮ ਕਰਨਗੇ, ਅਗਲੀ ਸਰਕਾਰ ਜਿਹੜੀ ਫਿਰ ਬਦਲਾਵ ਹੋਣਾ ਆ ਤੇ ਉਹਦੇ ਵਿੱਚ CM ਹੀ। ਅਰੋੜਾ ਸਾਹਿਬ ਇਹੀ ਮੈਂ ਗੱਲ ਕਰਨਾ ਚਾਹੁੰਦਾ ਵਾਂ ਕਿ ਕੰਮ ਇੱਦਾਂ ਦੇ ਕਰੋ ਕਿ ਦੂਸਰੇ ਬੰਦੇ ਨੂੰ ਦੱਸਣਾ ਨਾ ਪਵੇ ਕਿ ਅਸੀਂ ਕੰਮ ਕੀਤੇ ਆ। ਆਮ ਆਦਮੀ ਪਾਰਟੀ ਵੀ ਇਹੀ ਸ਼ੋਅ ਕਰਾ ਰਹੀ ਸੀ ਪੋਸਟਰ ਲਗਾ ਕੇ ਕਿ ਅਸੀਂ ਕੰਮ ਕੀਤੇ ਆ। ਮੈਂ ਇਹ ਕਹਿਣਾ ਚਾਹੁੰਦਾ ਵਾਂ ਤੁਸੀਂ ਵੀ ਇੰਨੇ ਚਿਰ ਤੋਂ ਪੱਤਰਕਾਰਤਾ ਕਰ ਰਹੇ ਹੋ, ਤੁਹਾਨੂੰ ਵੀ ਤਜੁਰਬਾ ਵਾ ਕਿ ਕੰਮ ਇੱਦਾਂ ਦੇ ਕਰੋ ਕਿ ਦੂਸਰੇ ਬੰਦੇ ਨੂੰ ਦੱਸਣਾ ਨਾ ਪਵੇ ਕਿ ਬੰਦੇ ਨੂੰ ਪਤਾ ਲੱਗ ਜਾਵੇ ਵੀ ਕੰਮ ਕਰ ਰਿਹਾ। ਹੁਣ ਚੰਨੀ ਸਾਹਿਬ ਨੇ ਭਲਾ 3 ਮਹੀਨੇ ਵਾਸਤੇ ਕੀਤਾ ਵਾ, ਪਰ ਹਜੇ ਤੀਕਰ ਉਹਨਾਂ ਨੇ ਆਪਣੀ ਛਾਪ ਛੱਡੀ ਹੋਈ ਉੱਥੇ ਜੀ। ਔਰ ਦੇਖੋ ਇੱਕ ਕਿੱਡੀ ਵੱਡੀ ਹੈ, ਜਿਹੜਾ ਇੱਕ ਬੰਦਾ ਪਿਛਲੀ ਵਾਰ ਇੱਕ MLA ਹਾਰ ਗਿਆ ਜੀ, ਆ 2 ਸਾਲ ਹੀ ਵਾਲੇ ਵਾਲੇ ਇੱਕ MLA ਹਾਰ ਗਿਆ, ਔਰ ਅੱਜ ਜਿੰਨੀਆਂ ਵੋਟਾਂ ਲੈ ਗਈਆਂ ਮੇਰੇ ਖਿਆਲ ਉਹ ਚਮਕੌਰ ਸਾਹਿਬ ਜਿੱਥੋਂ MLA ਹਾਰੇ ਸੀ 19 ਵੋਟ ਨਹੀਂ ਹੋਣੀ ਉਸ ਸ਼ਹਿਰ ਦੀ, ਜਿੰਨੀ ਵੋਟ ਤੇ ਜਿੱਤ ਗਏ ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ, ਇਹ ਇਹੀ ਕਾਰਨ। ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਬਾਰੇ ਕੀ ਕਹੋਗੇ? ਉਹ ਬੜੀ ਵੱਡੀ ਉਹਨਾਂ ਦੀ ਹਾਰ ਹੋ ਗਈ ਆ, ਉਹ ਵੀ ਹੋਣੀ ਹਾਰਿਆ ਜੀ। ਤੇ ਕਾਫੀ ਉਹਨਾਂ ਨੇ ਪ੍ਰਵਾਸੀਆਂ ਬਾਰੇ ਵੀ ਗਲਤ ਸ਼ਬਦ ਜਿਹੜੇ ਵਰਤੇ ਸੀਗੇ, 1,70,000 ਵੋਟਾਂ ਤੋਂ ਪਿੱਛੇ। ਤੇ ਜੀ ਗੱਲ ਇਹ ਕਿਹਾ ਵੀ ਸੁਖਪਾਲ ਕਹਿ ਰਿਹਾ ਤੇ ਉਹੀ BJP ਦੇ ਲੀਡਰਾਂ ਦਾ ਹਿਸਾਬ ਆ ਜੀ ਜੀ ਜੀ। ਜਿੱਦਾਂ ਉਹ ਆਪਣੀ ਜ਼ਬਾਨ ਨੂੰ ਜੇ ਕਹੀਏ ਹੰਸ ਰਾਜ ਹੰਸ, ਇਹ ਇੱਕ ਵਧੀਆ ਸ਼ਖਸੀਅਤ ਸੀਗੇ, ਪਰ ਇਹਨਾਂ ਨੇ ਆਪਣੇ ਆਪ ਨਾਲ ਵਫ਼ਾਦਾਰੀ ਨਹੀਂ ਕੀਤੀ, ਕਿਉਂਕਿ ਜਿੱਥੇ ਦੇਖਿਆ ਹੋਵੇ ਜਿਸ ਜਗ੍ਹਾ 'ਤੇ ਇਸ ਵੇਲੇ ਇਹ ਬੈਠੇ ਆ, ਔਰ ਬਾਣਾ ਫਕੀਰਾਂ ਵਾਲਾ ਪਾਇਆ ਆ, ਤੇ ਉਸ ਬਾਣੇ ਕਰਕੇ ਤਾਂ ਪਹਿਲੀ ਗੱਲ ਤਾਂ ਇਹਨਾਂ ਸੀਟ ਲੜਨੀ ਨਹੀਂ ਚਾਹੀਦੀ ਸੀ ਜੀ। ਫਿਰ ਪਿਛਲੀ ਵਾਰ ਵੀ ਤੁਸੀਂ ਇੰਟਰਵਿਊ ਵੀ ਕਿਹਨੇ ਦਿੱਤੀ ਸੀ, ਇਹ ਕਹਿੰਦੇ ਬੋਲਣ ਦਾ ਸਟੀਲ, ਮੀਡੀਆ ਨਾਲ ਵੀ ਬੋਲਣ ਦਾ ਸਟੀਲ ਜਿਹੜਾ ਵਧੀਆ ਨਹੀਂ ਸੀ। ਉਦੋਂ ਕਹਿੰਦੇ ਸੀ ਯਾਰ ਯਾਰਾਂ ਨੇ ਤਾਂ ਇੱਕ ਉਹ ਕਹਿੰਦੇ ਪਕਾਉਣੀ ਸੀ ਦਿੱਲੀਓਂ ਜਿੱਤ ਗਏ, ਹੁਣ ਨਹੀਂ ਕਰੀ ਆਉਣਾ। ਹੁਣ ਜਦੋਂ ਪੱਤਰਕਾਰ ਨੇ ਫਿਰ ਇੱਦਾਂ ਸਵਾਲ ਕੀਤੇ ਤਾਂ ਉਲਟਾ ਪੱਤਰਕਾਰ ਨੂੰ ਗਲਤ ਬੋਲਦੇ ਸੀ, ਫਿਰ ਸਟੇਜ ਤੋਂ ਛੜਿਆ, ਮੈਂ ਦੇਖੂੰਗਾ। ਇੱਕ ਪਾਸੇ ਤੁਸੀਂ ਜਿਹੜੇ ਤੁਹਾਡੇ ਕਿਸਾਨ ਜੋ ਵਿਰੋਧ ਕਰਨ ਜਾਂਦੇ ਆ, ਉਹ ਏਰੀਆ ਵੀ ਕਿਸਾਨਾਂ ਦੇ ਜ਼ਿਆਦਾ ਜੀ ਜੀ ਜੀ। ਹੁਣ ਕਿਸਾਨਾਂ ਨੇ ਤੁਸੀਂ ਵਿਰੋਧ ਕਰਨ ਜਾਂਦੇ, ਤੁਸੀਂ ਕਿਸਾਨਾਂ ਮੂਹਰੇ ਸਿਰ ਚੁਕਾ ਦਿੰਦੇ ਆ, ਜਾ ਕੇ ਦੂਜੀ ਸਟੇਜ ਦੇ ਉੱਪਰ ਤੁਸੀਂ ਉਹਨਾਂ ਨੂੰ ਧਮਕੀਆਂ ਦਿੰਦੇ ਸ਼ਰੇਆਮ। ਇਹਨਾਂ ਦੀ ਵੀ ਅਤੇ ਰਵਨੀਤ ਬਿੱਟੂ ਦੀ ਵੀ ਜਿਹੜੀ ਆ ਹਾਰ ਆ, ਅਸਲੀ ਹੰਕਾਰ ਨੇ ਇਹਨਾਂ ਦੇ, ਇਹਨਾਂ ਦਾ ਹੰਕਾਰ ਆ ਜਿਹੜਾ ਹੰਕਾਰ ਲੋਕਾਂ ਨੇ ਤੋੜਿਆ ਆ। ਜੇ ਕਹੀਏ ਇਕੱਲੇ ਕਿਸਾਨਾਂ ਨੇ ਨਹੀਂ ਤੋੜਿਆ, ਕਿਸਾਨਾਂ ਨੇ ਵਿਰੋਧ ਕੀਤਾ, ਕਿਸਾਨਾਂ ਨੇ ਉਹਨੇ ਹੰਕਾਰ ਦਿਖਾ ਲਿਆ, ਔਰ ਨਾਲ ਮਜ਼ਦੂਰਾਂ ਨੇ ਵੀ ਇਹਦਾ ਹੰਕਾਰ ਤੋੜਿਆ ਵੀ ਜਿਹੜਾ ਕਿਸਾਨਾਂ ਵਾਲਾ ਇਹਦਾ ਕਹਿੰਦੇ ਮਜ਼ਦੂਰਾਂ ਨਾਲ ਵੀ ਤੈਅ ਹੋਊਗਾ।
ਹੁਣ ਰਾਜਾ ਬਣੇਗਾ ਜੇ ਦੂਜੇ ਪਾਸੇ ਆ ਕੇ ਇੱਥੇ ਜਿੱਤ ਗਿਆ ਤੇ ਇਹਦਾ ਰਾਜਾ ਕੱਢੀਓ। ਅਤੇ ਬਹੁਤ ਵੱਡੇ ਮਾਰਜਨ ਤੋਂ ਜਿਹੜਾ ਵਾ ਕਾਂਗਰਸ ਪੰਜਾਬ ਦੇ ਵਿੱਚ ਅੱਗੇ ਜਾ ਰਹੀ ਹੈ। ਭਗਵੰਤ ਮਾਨ ਦੇ ਜਿਹੜੇ ਵਾਅਦੇ ਕੀਤੇ ਹੋਏ ਸੀ ਜਿਹੜੀਆਂ ਉਹਨਾਂ ਨੇ ਕਿਹਾ ਸੀ 13 ਸੀਟਾਂ 13 ਅਸੀਂ ਲੜਾਂਗੇ, ਜਿਹੜੇ ਖੋਖਲੇ ਨਜ਼ਰ ਆ ਰਹੇ ਉਹਨਾਂ ਦੇ ਕਾਫੀ ਨੁਕਸਾਨ ਜਿਹੜਾ ਵਾ ਆਮ ਆਦਮੀ ਪਾਰਟੀ ਨੂੰ ਹੋਇਆ ਵਾ। ਦੂਜੇ ਪਾਸੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੂੰ ਵੀ ਕਾਫੀ ਜਿਹੜਾ ਨੁਕਸਾਨ ਜਿਹੜਾ ਹੁੰਦਾ ਨਜ਼ਰ ਆ ਰਿਹਾ ਵਾ, ਕਾਫੀ ਲੋਸ ਜਿਹੜਾ ਹੋ ਰਿਹਾ ਵਾ ਅਕਾਲੀ ਦਲ ਨੂੰ। ਦੂਸਰੇ ਪਾਸੇ ਬੀਜੇਪੀ ਦੀ ਗੱਲ ਕਰਦੇ ਵੱਡੀਆਂ ਵੱਡੀਆਂ ਜਿਹੜੀਆਂ ਹੋਟ ਸੀਟਾਂ ਮੰਨੀਆਂ ਜਾਂਦਾ, ਬੀਜੇਪੀ ਨੂੰ ਕਾਫੀ ਜਿਹੜਾ ਨੁਕਸਾਨ ਹੋ ਗਿਆ ਉੱਥੋਂ। ਅਤੇ ਜਲੰਧਰ ਤੋਂ ਜਿਹੜੀ ਆ ਚਰਨਜੀਤ ਚੰਨੀ ਦੀ ਜਿਹੜੀ ਬਹੁਤ ਵੱਡੀ ਜਿੱਤ ਜਿਹੜੀ ਹਾਸਲ ਹੋਈ ਆ, ਬਹੁਤ ਵਾਧੂ ਵੋਟਾਂ ਦੇ ਵਿੱਚ ਉਹਨਾਂ ਨੂੰ ਵੋਟਿੰਗ ਹੋਈ ਆ। ਅੰਕਿਤ ਜੀ ਕਿਵੇਂ ਦੇਖਦੇ ਹੋ ਕਿ ਪਵਨ ਕੁਮਾਰ ਟੀਨੂ ਹੋ ਗਏ, ਮਹਿੰਦਰ ਸਿੰਘ ਕੇਪੀ ਹੋ ਗਏ, ਸੁਸ਼ੀਲ ਕੁਮਾਰ ਰਿੰਕੂ ਨੂੰ ਪਿੱਛੇ ਛੱਡ ਕੇ ਚਰਨਜੀਤ ਚੰਨੀ ਨੂੰ ਸਾਰੇ ਪਸੰਦ ਕਰ ਰਹੇ ਜਲੰਧਰ ਦੇ ਵਿੱਚ, ਜਿੱਤ ਹਾਸਲ ਕੀਤੀ ਉਹਨਾਂ ਨੇ? ਗੱਲ ਉੱਥੇ ਕਰੀਏ ਕਿ ਮਹਿੰਦਰ ਸਿੰਘ ਕੇਪੀ ਆ ਜਿਹੜੇ ਉਹ ਜਿੱਦਾਂ ਅਰੋੜਾ ਜੀ ਨੇ ਵੀ ਕਿਹਾ ਕਿ ਲੋਕਾਂ ਦੇ ਵਿੱਚ ਨਹੀਂ ਵਿਚਰਦੇ ਸਨ, ਉਹਨਾਂ ਦੇ ਸ਼ੁਰੂ ਤੋਂ ਹੀ ਸੀਗਾ ਕਿ ਉਹ ਚਾਰ ਵਾਰੀ ਮੈਂ 3 ਤੋਂ 4 ਵਾਰੀ MLA ਬਣੇ, ਉਸ ਤੋਂ ਬਾਅਦ 1 ਵਾਰੀ MP ਬਣੇ, ਪਰ ਉਹਨਾਂ ਦਾ ਲੋਕਾਂ ਦੇ ਵਿੱਚ ਵਿਚਰਨਾ ਇੰਨਾ ਸਹੀ ਨਹੀਂ ਸੀਗਾ ਕਿ ਲੋਕ ਉਹਨਾਂ ਨੂੰ ਵੋਟ ਪਾ ਕੇ ਦੁਬਾਰਾ MP ਬਣਾ ਦੇਣ। ਪਰ ਉਹਨਾਂ ਦਾ ਹੁਸ਼ਿਆਰਪੁਰ ਵੀ ਗਏ, ਹੁਸ਼ਿਆਰਪੁਰ ਤੋਂ ਵੀ MP ਚੁਣਾਵ ਲੜੇ, ਉੱਥੇ ਦੇ ਲੋਕਾਂ ਨੇ ਵੀ ਉਹਨਾਂ ਨੂੰ ਜਿਹੜਾ ਪਸੰਦ ਨਹੀਂ ਕੀਤਾ। ਉੱਥੇ ਹੀ ਗੱਲ ਕਰੀਏ ਪਵਨ ਕੁਮਾਰ ਟੀਨੂ ਦੇਖੋ ਕਿ ਇੱਕ MLA ਵੀ 2 ਵਾਰ MLA ਰਹੇ ਆਦਮਪੁਰ ਤੋਂ, ਫਿਰ ਉਸ ਤੋਂ ਬਾਅਦ ਤੀਜੀ ਵਾਰੀ ਹਾਰੇ ਉਹਨਾਂ ਨੂੰ ਕੋਟਲੀ ਜੀ ਨੇ ਉੱਥੋਂ ਆਦਮਪੁਰ ਤੋਂ ਹਰਾਇਆ, ਉਸ ਤੋਂ ਬਾਅਦ ਹੁਣ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਗਏ। ਆਮ ਆਦਮੀ ਪਾਰਟੀ 'ਚ ਆਉਣ ਨਾਲ ਪਹਿਲੇ ਹੀ ਆਮ ਆਦਮੀ ਪਾਰਟੀ ਦਾ ਗ੍ਰਾਫ ਜਿਹੜਾ ਉਹ ਨੀਚੇ ਆਉਣਾ ਸ਼ੁਰੂ ਹੋ ਗਿਆ ਸੀਗਾ ਕਿ ਆਮ ਆਦਮੀ ਪਾਰਟੀ ਉਹ ਹੌਲੀ 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 ਨੀਚੇ ਆਉਣਾ ਸ਼ੁਰੂ ਹੋ ਗਈ ਸੀਗੀ। ਉਹਦਾ ਕਾਰਨ ਇਹ ਸੀਗਾ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀਗੇ ਨਸ਼ੇ ਨੂੰ ਲੈ ਕੇ, ਔਰ ਉਸ ਤੋਂ ਬਾਅਦ ਨਸ਼ੇ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ ਜਿਹੜੇ ਵਾਅਦੇ ਕੀਤੇ ਸੀਗੇ ਉਹਨਾਂ ਦੇ ਉਹਨਾਂ ਨੇ ਕੰਮ ਨਹੀਂ ਕੀਤਾ। ਤੇ ਆਪਾਂ 1000 ਰੁਪਏ ਦੀ ਗੱਲ ਨੂੰ ਲੈ ਕੇ ਕਰ ਲਈਏ ਕਿ 1000 ਰੁਪਏ ਦੀ ਵੀ ਵਾਅਦਾ ਕੀਤਾ ਸੀ ਪਿਛਲੇ ਵਾਰੀ ਵੀ ਜਦੋਂ ਉਪ ਚੁਣਾਵ ਹੋਏ ਤਾਂ ਉਹਨਾਂ ਨੇ 1000 ਰੁਪਏ ਦਾ ਵੀ ਇੱਕ ਵਾਅਦਾ ਕੀਤਾ ਸੀ ਕਿ ਮੈਂ 1000 ਰੁਪਇਆ ਦੇਵਾਂਗੇ, ਪਰ ਉਹ 1000 ਰੁਪਇਆ ਉਹ 1 ਸਾਲਾਂ 'ਚ ਨਹੀਂ ਦਿੱਤਾ ਗਿਆ। ਹੋਸਪਿਟਲ ਦੀ ਗੱਲ ਕੀਤੀ ਸੀ ਕਿ ਜਲੰਧਰ ਦੇ ਵਿੱਚ ਇੱਕ AIIMS ਹੋਸਪਿਟਲ ਬਣਾਇਆ ਜਾਵੇਗਾ, ਉਹ ਵੀ ਨਹੀਂ ਬਣਾਇਆ ਗਿਆ। ਤੇ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਉਹਨਾਂ ਦਾ ਇਹ ਵਾਲਾ ਜਿਹੜਾ ਮੁੱਦਾ ਜਿਹੜਾ ਚੱਕਿਆ ਸੀਗਾ ਕਿ ਇਹਨਾਂ ਨੇ ਵਾਅਦੇ ਤਾਂ ਬੜੇ ਕੀਤੇ ਸੀਗੇ ਤੇ ਮੈਂ ਇਸ ਕਰਕੇ ਪਾਰਟੀ ਛੱਡ ਕੇ ਆਇਆ, ਪਰ ਲੋਕਾਂ ਨੇ ਉਹਨਾਂ ਨੂੰ ਇਹ ਚੀਜ਼ ਤੇ ਪਸੰਦ ਜਿਹੜਾ ਕਿ ਨਹੀਂ ਕੀਤਾ। ਲੋਕ ਜਿਹੜੇ ਕਿ ਇਸ ਚੀਜ਼ ਨੂੰ ਪਸੰਦ ਨਹੀਂ ਕਰ ਪਾਏ ਕਿ ਇਹ ਬਾਰ ਬਾਰ ਪਾਰਟੀ ਛੱਡ ਕੇ ਇਹ ਉੱਧਰ ਗਏ, ਤੇ ਲੋਕ ਚਾਹੁੰਦੇ ਸੀਗੇ ਕਿਤੇ ਇਹਨਾਂ ਨੂੰ ਦੁਬਾਰਾ MP ਬਣਾ ਦਿੱਤਾ ਤੇ ਕਿਤੇ ਸਾਨੂੰ ਵੀ ਬੋਲਣਾ ਜਾਣ। ਤੇ ਲੁਧਿਆਣਾ ਦੀ ਗੱਲ ਕਰਦੇ ਹਾਂ, ਲੁਧਿਆਣਾ ਤੋਂ 1,80,939 ਵੋਟਾਂ ਜਿਹੜੀਆਂ ਵਾ ਉਹ ਰਾਜਾ ਵੜਿੰਗ ਨੂੰ ਪਈਆਂ ਤੇ 28,300 ਵੋਟਾਂ ਤੋਂ ਅੱਗੇ ਜਾ ਰਹੇ ਨੇ, ਤੇ 1,52,639 ਵੋਟਾਂ ਜਿਹੜੀਆਂ ਰਵਨੀਤ ਸਿੰਘ ਬਿੱਟੂ ਨੂੰ ਪਈਆਂ ਨੇ, 28,300 ਜਿਹੜੀਆਂ ਵੋਟਾਂ ਤੋਂ ਜਿਹੜਾ ਪਿੱਛੇ ਜਾ ਰਹੇ ਨੇ। ਇੱਕ ਬਹੁਤ ਵੱਡਾ ਅੰਕੜਾ ਜਿਹੜਾ ਹੁੰਦਾ ਵਾ ਇਹ 28,300 ਵੋਟਾਂ ਦਾ, ਤੇ ਬਹੁਤ ਵੱਡੀ ਜਿਹੜੀ ਲੀਡ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਦਿੱਤੀ ਹੈ। ਕਾਫੀ ਜਿਹੜਾ ਫਰਕ ਪੈਂਦਾ ਜਦੋਂ ਪਾਰਟੀ ਛੱਡ ਕੇ ਬੰਦਾ ਜਾਂਦਾ ਹੈ, ਕਾਫੀ ਜਿਹੜਾ ਵੋਟ ਬੈਂਕ ਜੁੜਿਆ ਹੁੰਦਾ ਉਹ ਜਿਹੜਾ ਕਾਫੀ ਟੁੱਟ ਜਾਂਦਾ ਹੈ। ਇਸ ਕਰਕੇ ਅੰਕਿਤ ਜੀ ਕਿਵੇਂ ਦੇਖਦੇ ਹੋ ਸਾਰਾ ਕਿ 28,300 ਦੀ ਲੀਡ ਜਿਹੜੀ ਦਿੱਤੀ ਆ ਰਵਨੀਤ ਬਿੱਟੂ ਨੂੰ, ਤੇ ਤੁਹਾਨੂੰ ਲੱਗਦਾ ਕਿ ਇਹ ਤੋੜ ਸਕਦੇ ਆ? ਨਹੀਂ, ਹੁਣ ਤੇ ਨਹੀਂ ਟੁੱਟਣੀ ਹੈ ਲੀਡ, ਲੀਡ ਕਾਫੀ ਅੱਗੇ ਚਲੇਗੀ, ਬੜੀ ਥੋੜੀ ਥੋੜੀ ਲੀਡ ਹੈ, ਇੰਨੀ ਜ਼ਿਆਦਾ ਲੀਡ ਵੀ ਨਹੀਂ ਆਪਾਂ ਕਹਿ ਪਾਵਾਂਗੇ, ਚਲੋ ਫਿਰ ਵੀ 28,000 ਵੋਟ ਥੋੜੀ ਨਹੀਂ ਹੁੰਦੀ, ਪਰ 28,000 ਵੋਟ ਸੰਨੀ ਜੀ ਗੱਲ ਕਰੀਏ
ਕਿ ਰਵਨੀਤ ਬਿੱਟੂ ਨੂੰ ਇੱਕ ਸਮਝ ਲਓ ਇੱਕ ਉਹਨਾਂ ਦਾ ਹੰਕਾਰ ਟੁੱਟਿਆ, ਦੂਜੇ ਪਾਸੇ ਉਹ ਜਿਵੇਂ ਆਪਾਂ ਦੇਖ ਲਈਏ ਕਿ ਰਾਜਾ ਵੜਿੰਗ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੁਧਿਆਣੇ ਦੇ ਵਿੱਚ ਮਿਲਿਆ, ਬਹੁਤ ਥੋੜੇ ਸਮੇਂ ਦੇ ਵਿੱਚ ਰਾਜਾ ਵੜਿੰਗ ਨੇ ਫਿਰ ਵੀ ਆਪਣੀ ਜਿਹੜੀ ਹੈ ਜਿੱਤ ਪ੍ਰਾਪਤ ਕੀਤੀ ਹੈ। ਇੱਕ ਗਿੱਦੜ ਬਾਹੇ ਤੋਂ ਆ ਕੇ ਰਾਜਾ ਵੜਿੰਗ ਆਪਣੀ ਥੋੜੇ ਜਿਹੇ ਟਾਈਮ ਦੇ ਵਿੱਚ ਉਹਨਾਂ ਨੇ ਫਿਰ ਵੀ, ਕਿਉਂਕਿ ਉਹਨਾਂ ਕੋਲ ਜ਼ਿਆਦਾ ਟਾਈਮ ਨਹੀਂ ਸੀਗਾ, ਉਹਨਾਂ ਨੂੰ ਬੜੀ ਲੇਟ ਜਿਹੜੀ ਹੈ ਸੀਟ ਮਿਲੀ ਹੈ। ਜਿੱਦਾਂ ਚਰਨਜੀਤ ਸਿੰਘ ਚੰਨੀ ਨੂੰ ਸ਼ੋਰ ਸੀਗਾ ਕਿ ਮੈਨੂੰ ਸੀਟ ਮਿਲਣੀ ਹੈ, ਪਰ ਰਾਜਾ ਵੜਿੰਗ ਨੂੰ ਸ਼ੋਰ ਨਹੀਂ ਸੀਗਾ ਕਿ ਮੈਨੂੰ ਇੱਥੋਂ ਲੜਾਣਗੇ, ਕਿਉਂਕਿ ਇੱਥੋਂ ਨਾਮ ਵਾਰ ਵਾਰ ਜਿਹੜੇ ਆਪਣੇ ਆਸ਼ੂ ਜੀ ਦਾ ਵੱਜਦਾ ਪਿਆ ਸੀ, ਪਰ ਆਸ਼ੂ ਜੀ ਦਾ ਵਾਰ ਵਾਰ ਵੱਜਦਾ ਪਿਆ ਸੀਗਾ, ਇਸ ਕਰਕੇ ਇਹਨਾਂ ਨੂੰ ਸ਼ੋਰ ਨਹੀਂ ਸੀਗਾ ਕਿ ਮੈਨੂੰ ਸੀਟ ਮਿਲ। ਫਿਰ ਵੀ ਪੂਰੀ ਫੈਮਿਲੀ ਨੇ ਜਿਹੜਾ ਇੱਥੇ ਦੇਖਣ ਨੂੰ ਮਿਲਿਆ, ਭਾਵੇਂ ਰਾਜਾ ਵੜਿੰਗ ਸੀ, ਉਹਨਾਂ ਦੀ ਵਾਈਫ ਸੀ, ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਸੀਗੇ, ਉਹਨਾਂ ਨੇ ਜਿਹੜਾ ਇੱਥੇ ਪਹੁੰਚ ਕੇ ਆਪਣੇ ਮਤਲਬ ਪੂਰਾ ਜ਼ੋਰ ਲਾ ਕੇ ਇਸ ਸੀਟ ਨੂੰ ਜਿੱਤਣ ਚ ਹਾਸਲ ਕੀਤਾ। ਨਾਲੇ ਤੋਂ ਰਜੀਤ ਸਿੰਘ ਢਿੱਲੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਖੜੇ, ਬਹੁਤ ਵੱਡਾ ਝਟਕਾ ਲੱਗਾ ਉਹਨਾਂ ਨੂੰ ਵੀ, ਅਕਾਲੀ ਦਲ ਵੋਟ ਲੀਡ 50,000 ਦੀ ਲੀਡ ਮਿਲੀ ਉਹਨਾਂ ਨੂੰ, 50,000 ਵੋਟ, ਸਿਰਫ 50,000 ਵੋਟ ਪਈ ਅਕਾਲੀ ਦਲ ਨੂੰ, ਉਹ ਵੀ ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹਾ ਲੁਧਿਆਣੇ ਦੇ ਵਿੱਚੋਂ। ਇਹ ਇਦਾਂ ਵੀ ਇੱਥੇ ਮੇਨ ਤਾਂ ਕਾਂਗਰਸ ਦਾ ਕਾੜਿਆ, ਪਹਿਲਾਂ ਇੱਕ ਬੈਂਸ ਬ੍ਰਦਰ ਦਾ ਵੀ ਸੀਗਾ ਜੀ, ਜਦੋਂ ਹੁਣ ਬੀਜੇਪੀ ਦਾ ਚਾਲ ਚੱਲਣ ਚੱਲਿਆ ਥੋੜ੍ਹਾ ਜਿਹਾ, ਤਾਂ ਫਿਰ ਜੋ ਬਿੱਟੂ ਉੱਧਰ ਚਲਿਆ, ਕਿਉਂਕਿ ਬਿੱਟੂ ਥੋੜ੍ਹਾ ਹੰਕਾਰਿਆ ਹੋਇਆ ਸੀਗਾ ਜੀ, ਇਹ ਉੱਧਰ ਚਲਾ ਗਿਆ। ਅਕਾਲੀ ਦਲ ਦਾ ਤਾਂ ਸ਼ੁਰੂ ਤੋਂ ਇੱਥੇ ਇੱਦਾਂ ਹੀ ਹਾਰਿਆ, ਇਹਨਾਂ ਦੇ ਇਹ ਵੀ ਨਵਾਂ ਲੀਡਰ ਸੀਗਾ, ਪੁਰਾਣਾ ਲੀਡਰ ਨਹੀਂ ਹੈ, ਨਵਾਂ ਲੀਡਰ ਹੈ ਮੇਰੇ ਹਿਸਾਬ ਨਾਲ। ਤੇ ਇਸ ਗੱਲ ਬਾਕੀ ਜਿਹੜਾ ਰਾਜਾ ਵੜਿੰਗ ਸੀ, ਉਹ ਪਿਛਲੇ ਵਾਰੀ ਉਹ ਵੀ ਜਦੋਂ 111 ਦਿਨ ਦੀ ਆਪਣੀ ਚੰਨੀ ਸਰਕਾਰ ਬਣੀ ਸੀ, ਜਦੋਂ ਇੱਕ ਤੁਸੀਂ ਕਾਫੀ ਦੇਰ ਤੋਂ ਰਾਜਨੀਤੀ ਕਰ ਰਹੇ ਹੋ ਜਾਂ ਪੱਤਰਕਾਰੀ ਕਰ ਰਹੇ ਹੋ, ਇੱਕ ਸਵਾਲ ਜਨਤਾ ਦਾ ਹਰ ਵਾਰ ਇੱਕੋ ਜ਼ਹਿਨ ਚ ਆਉਂਦਾ ਹੈ, ਇੱਕ ਰਾਜਨੇਤਾ ਜਦੋਂ ਇੱਕ ਪਾਰਟੀ ਦੇ ਉਮੀਦਵਾਰ ਤੇ ਖੜਾ ਹੁੰਦਾ ਹੈ, ਦੂਜੀ ਪਾਰਟੀ ਨੂੰ ਬੁਰਾ ਭਲਾ ਕਹਿੰਦਾ ਹੈ, ਫਿਰ ਉਹੀ ਪਾਰਟੀ ਨੂੰ ਜੁਆਇਨ ਕਰ ਲੈਂਦਾ ਹੈ, ਇਹਦੇ ਪਿੱਛੇ ਕੀ ਕਾਰਨ ਹੈ? ਉਹਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਨਾਗਰਿਕਾਂ ਨੇ ਪਿਛਲੇ ਜੋ ਹੁਣ ਨਵਨੀਤ ਬਿੱਟੂ ਦੀ ਗੱਲ ਕੀਤੀ ਜਾਵੇ, ਬੀਜੇਪੀ ਨੂੰ ਇਹਨਾਂ ਨੇ ਇੰਨੀਆਂ ਕੁ ਗਾਲੀ ਗਲੋਚ ਕੀਤਾ, ਇੰਨੀਆਂ ਇਹਨਾਂ ਨੇ ਇਹਨਾਂ ਦੀ ਬੇਇੱਜ਼ਤੀ ਕੀਤੀ, ਅੱਜ ਤੁਸੀਂ ਫਿਰ ਉਸੇ ਪਾਰਟੀ ਨੇ ਚੋਣ ਲੜ ਰਹੇ ਹੋ। ਭਾਜੀ ਤੁਸੀਂ ਇੱਕ ਗੱਲ ਗੌਰ ਕੀਤੀ ਕਿ ਪਰ ਇਹ ਗੱਲ ਸੱਚੀ ਹੈ ਕਿ ਦੀਨ ਧਰਮ ਨੇਤਾ ਦਾ ਕੋਈ ਨਹੀਂ? ਮੈਂ ਕਿਹਾ ਜੀ ਤੁਸੀਂ ਇਹ ਹਿਸਾਬ ਲਾਓ ਵੀ ਰਵਨੀਤ ਬਿੱਟੂ ਨੂੰ ਪਾਰਟੀ ਬਦਲਣ ਤੋਂ ਪਹਿਲਾਂ ਇਹ ਨਹੀਂ ਸੋਚਿਆ ਕਿ ਉਹ ਕਿਸ ਪਰਿਵਾਰ ਨਾਲ ਸੰਬੰਧਿਤ ਹੈ। ਬਿਲਕੁਲ, ਇਹਦੇ ਪਿੱਛੇ ਕਾਰਨ ਕੀ ਆ? ਪੈਸਾ ਕਾਰਨ ਆ, ਸ਼ੋਹਰਤ ਪੈਸਾ ਕਾਰਨ, ਕੀ ਕਾਰਨ ਕੀ ਹੋ ਸਕਦਾ? ਬਸ ਦਿਮਾਗ ਖਰਾਬ ਕਰਾਂਗੇ ਆਪਾਂ। ਬਿਲਕੁਲ, ਇਹਨੂੰ ਦਿਮਾਗ ਖਰਾਬ ਕਰਾਂਗੇ। ਇੱਕ ਬੰਦੇ ਨੂੰ ਜਿੱਤ ਮਿਲਦੀ ਪਈ ਆ, ਜਿੱਤ ਝੋਲੀ ਜੀ ਪਈ ਆ, ਕਿਉਂਕਿ ਬਿਆਨ ਸਿੰਘ ਜੀ ਦੇ ਪੋਤੇ ਇਹ, ਮਤਲਬ ਬਿਆਨ ਸਿੰਘ ਜੀ ਸੀ ਐਮ ਸਾਬਕਾ, ਔਰ ਉਹਨਾਂ ਦਾ ਅੱਜ ਵੀ ਨਾਂ ਆ, ਖਾਤਮਾ ਕੀਤਾ ਸੀ ਉਹਨਾਂ ਨੇ, ਪੂਜਾ ਕਰਦੇ ਲੋਕ। ਅਸੀਂ ਸ਼ਿਵ ਸੈਨਾ ਵੱਲੋਂ ਉਹਨਾਂ ਦਾ ਹਰ ਸਾਲ ਸ਼ਹੀਦੀ ਦਿਨ ਵੀ ਮਨਾਉਂਦੇ ਹਾਂ, ਅਸੀਂ ਉਹਨਾਂ ਦਾ ਜਨਮ ਦਿਨ ਵੀ ਮਨਾਉਂਦੇ ਹਾਂ, ਅਸੀਂ ਸ਼ਰਧਾਂਜਲੀਆਂ ਦਿੰਦੇ ਹਾਂ। ਤੁਸੀਂ ਗੱਲ ਕੀਤੀ ਹੈ ਝੋਲੀ 'ਚ ਹੀ ਸਾਰਾ ਕੁਛ ਜਿੱਤ ਪਈ ਹੈ, ਤੇ ਇਹ ਆਪਣਾ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਸੋਚਣਾ ਚਾਹੀਦਾ ਸੀ, ਜਦੋਂ ਕਾਂਗਰਸ ਸੀਗੇ ਆਮ ਆਦਮੀ ਪਾਰਟੀ ਨੂੰ ਜਲੀਲ ਕਰਦੇ ਰਹੇ, ਬੀਜੇਪੀ ਨੂੰ ਜਲੀਲ, ਅਕਾਲੀਆਂ ਨੂੰ ਜਲੀਲ ਕਰਦੇ, ਫਿਰ ਆਪਾਂ ਸਾਰੀਆਂ ਪਾਰਟੀਆਂ 'ਚ ਭੋਗ ਲੈਣ ਤੁਰੇ? ਬਸ ਇਹੀ ਗੱਲ ਹੈ ਨਾ, ਇਹ ਚੀਜ਼ ਸੋਚ ਦਿਮਾਗ ਖਰਾਬ ਹੋ ਰਿਹਾ। ਇਹ ਸ਼ੀਤਲ ਅਮਰਾਲ ਤੇ ਜਲੰਧਰ ਦੇ ਦਿੱਗਜ ਨੇਤਾ ਜਿੰਨਾ ਦਾ ਨਾਮ ਆਉਣ ਲੱਗ ਪਿਆ ਸੀਗਾ, ਕੱਲ ਨੂੰ ਉਹਨਾਂ ਦਾ ਅਸਤੀਫਾ ਵੀ ਮਨਜ਼ੂਰ ਹੋ ਗਿਆ, ਅੱਜ ਰਵਨੀਤ ਆਪਣਾ ਸੁਸ਼ੀਲ ਕੁਮਾਰ ਰਿੰਕੂ ਚੋਣ ਹਾਰ ਗਏ, ਤੇ ਇਹਦੇ ਵਿੱਚ ਫਿਰ ਦੱਸੋ ਇਹਨਾਂ ਦੀ ਅੱਗੇ ਕਰੀਅਰ ਕੀ, ਕਿੱਥੇ ਕਰੀਅਰ ਜਾਏਗਾ? ਖਤਮ ਹੋ ਗਿਆ ਭਾਈ ਦੋਨਾਂ ਦਾ, ਮੇਰੇ ਹਿਸਾਬ ਨਾਲ ਖਤਮ ਹੋ ਗਿਆ। ਕਾਰਨ ਇਹ ਹੋ ਗਿਆ ਕਿ ਜੇ ਤਾਂ ਸ਼ੀਤਲ ਪਹਿਲਾਂ, ਹੁਣ ਆਮ ਆਦਮੀ ਪਾਰਟੀ ਪੂਰੀ ਹੁਸ਼ਿਆਰ ਨਿਕਲੀ, ਉਹਨਾਂ ਨੇ ਕੀ ਕੀਤਾ, ਪਹਿਲਾਂ ਤਾਂ ਕਹਿੰਦੇ ਰਹੇ ਤੇਰਾ ਕੀਤਾ ਹੀ ਨਹੀਂ, ਆਪਣੇ ਅਸਤੀਫਾ ਮਨਜ਼ੂਰ ਹੀ ਨਹੀਂ ਕੀਤਾ, ਇਹਨੇ ਕੀਤਾ, ਹੁਣ ਇੱਥੇ ਅੱਗੇ ਲੱਗਦਾ ਇਹਨਾਂ ਦੀ ਫਿਰ ਕੋਈ ਗੱਲ ਹੋਈ ਹੋਣੀ, ਇਹ ਫਿਰ ਵਾਪਸ ਲੈਣ ਦੌੜ ਗਿਆ। ਜਦੋਂ ਵਾਪਸ ਲੈਣ ਗਿਆ ਪਹਿਲਾਂ ਜੋ ਮਰਜ਼ੀ ਨਾਲ ਹੋਇਆ ਹੋਣਾ,
ਉਹਨਾਂ ਨੇ ਸੋਚਿਆ ਵੀ ਜਿਹੜਾ ਬੰਦਾ ਸਾਡਾ ਵਫ਼ਾਦਾਰ ਹੀ ਨਹੀਂ, ਉਹਨਾਂ ਨੇ ਗੱਲ ਆ ਹੁਣ ਇਹ ਉਹਨਾਂ ਨੂੰ ਧਮਕੀਆਂ ਦਿੰਦਾ ਜੀ, ਉਹਨਾਂ ਮੈਨੂੰ ਇੱਦਾਂ ਕੀਤੀ ਉੱਦਾਂ ਕੀਤੀ, ਸਪੀਕਰ ਸਾਹਿਬ ਨੂੰ ਜਿਹੜਾ ਕਿ ਇੱਕ ਗ੍ਰੇਟ ਪਰਸਨੈਲਿਟੀ ਹੁੰਦੇ ਪਰ ਜਦ ਕਿ ਇਹ ਕਿੱਡੀ ਵੱਡੀ ਗੱਲ ਸੀ, ਤੁਸੀਂ ਹਰ ਵਾਰੀ ਪਹਿਲਾਂ ਇਹਨਾਂ ਨੇ ਪਿਛਲੇ ਵਾਰੀ ਅਮਿਤ ਸ਼ਾਹ ਨੂੰ ਚੈਲੇਂਜ ਕੀਤਾ ਸੀ, ਅੱਜ ਤੋਂ 10 ਸਾਲ ਜਾਂ 15 ਸਾਲ ਪਹਿਲੇ ਦੀ ਰਾਜਨੀਤੀ ਤੇ ਹੁਣ ਰਾਜਨੀਤੀ ਕੀ ਫਰਕ ਹੈ? ਬਹੁਤ ਭਾਜੀ ਫਰਕ ਹੈ। ਪਹਿਲਾਂ ਕਾਰਨ ਇਹ ਹੁੰਦੇ, ਦੇਖੋ ਪਹਿਲਾਂ ਜਦੋਂ ਕੋਈ ਨੇਤਾ ਬਦਲਦਾ ਸੀ ਨਾ ਦਲ, ਉਹ 10 ਵਾਰੀ ਸੋਚਦਾ ਸੀ, ਪਰ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਨਿਕਲਿਆ ਹੁੰਦਾ ਹੁੰਦਾ ਸੀ, ਜਾਂ ਕੋਈ ਘਰੇਲੂ ਗੱਲ ਹੋ ਜਾਂ ਕੋਈ ਗਤੀਵਿਧੀ ਲੱਗ ਜਾਏ ਉਹਨੂੰ ਕੱਢ ਦਿੱਤਾ। ਜਿੱਦਾਂ ਹੁਣ ਆਹ ਆਮ ਆਦਮੀ ਪਾਰਟੀ, ਪਹਿਲਾਂ ਉਹ ਸੁੱਚਾ ਸਿੰਘ ਲੰਗਾਹ ਹੋਣੀ ਹੁੰਦੇ ਸੀਗੇ, ਇਹਨਾਂ ਨੇ ਬਹੁਤ ਵਧੀਆ, ਸੋਰੀ ਸੁੱਚਾ ਸਿੰਘ ਛੋਟੇਪੁਰ, ਛੋਟੇਪੁਰ ਇਹਨਾਂ ਨੇ, ਧਰਮ ਗਾਂਧੀ ਜੀ ਹੋਏ, ਇਹਨਾਂ ਨੇ ਪੂਰਾ ਨਾਮ ਜਿਹੜਾ ਚਮਕਾਇਆ। ਪਹਿਲਾਂ ਆਮ ਆਦਮੀ ਪਾਰਟੀ ਨੂੰ ਹੀਰੋ ਇਹਨਾਂ ਨੇ ਹੀ ਬਣਾਇਆ, ਪਰ ਵਜੋਂ ਐਂਡ ਆਇਆ ਪੂਨੇ ਵਿੱਚ ਕੇਜਰੀਵਾਲ ਸਾਹਿਬ ਨੇ, ਉਸ ਵੇਲੇ ਆਵਾਜ਼ ਉੱਠ ਗਈ ਪ੍ਰਦੀਪ ਗੁਰੂ ਆਪਣੀ ਵਾਈਫ ਨੂੰ ਜਾਂ ਕਿਸੇ ਨੂੰ ਸੀ ਐਮ ਬਣਾਉਣ ਦੇ ਚੱਕਰ 'ਚ। ਲੁਧਿਆਣੇ ਦਾ ਰਿਜ਼ਲਟ ਸਾਰੇ ਸਾਹਮਣੇ ਆ ਰਿਹਾ ਵਾ, ਅਰੋੜਾ ਸਾਹਿਬ ਅਸ਼ੋਕ ਪੱਪੀ ਦੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਸੀਟ ਦਿੱਤੀ ਗਈ, ਬੜਾ ਨਾਮ ਚੱਲਿਆ ਜੀ, ਇਹ ਜਿੱਤੂਗੇ ਲੁਧਿਆਣੇ ਦੇ ਵਿੱਚ, ਆਮ ਆਦਮੀ ਪਾਰਟੀ ਦਾ ਹੀ ਜਿੰਦਾਬਾਦ ਕਰ ਦਿਆਂਗੇ। ਉਹ ਅੱਜ ਆਪਣਾ 46,500 ਵੋਟਾਂ ਤੋਂ ਪਿੱਛੇ ਨੇ, ਬਹੁਤ ਵੱਡਾ ਇੱਕ ਮਾਰਜਨ ਹੁੰਦਾ ਵਾ 46,557 ਵੋਟਾਂ ਦਾ। ਜੋ ਉਹੀ ਗੱਲ ਕਰੀ ਹੈ ਨਾ, ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਕਿ ਰਾਜਾ ਵੜਿੰਗ ਨੂੰ ਬਿਠਾਉਣ ਦੀ, ਇਹਨਾਂ ਨੇ ਇੱਕ ਵਾਰੀ ਟੁੱਟੀ ਜੀ ਵੀਡੀਓ ਬਣਾ ਕੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਰਾਜਾ ਵੜਿੰਗ ਨੂੰ ਬਿਠਾਉਣ ਦੀ, ਪਰ ਰਾਜਾ ਵੜਿੰਗ ਲੀਡ ਕਾਫੀ ਦੇ ਗਿਆ ਇਹਨਾਂ ਨੂੰ, ਹੁਣ ਇਹਨਾਂ ਦੀ ਉਹ ਵੀਡੀਓ ਉਹ ਰਾਜਨੀਤੀ ਇਹਨਾਂ ਦੀ ਕੰਮ ਨਹੀਂ ਆਈ। ਕੋਸ਼ਿਸ਼ ਇਹਨਾਂ ਨੇ ਪੂਰਾ ਕੀਤਾ ਸੀਗਾ ਕਿ ਰਾਜਾ ਵੜਿੰਗ ਜਿਹੜਾ ਇੱਥੋਂ ਉਹਨਾਂ ਨੂੰ ਲੋਕੀ ਵੋਟ ਨਹੀਂ ਪਾਣਗੇ, ਉਹ ਸਮਝਣਗੇ ਕਿ ਝਾੜੂ ਨਾਲ ਇਹਦੇ ਆਮ ਆਦਮੀ ਪਾਰਟੀ ਨਾਲੋਂ ਆਮ ਆਦਮੀ ਪਾਰਟੀ ਨੂੰ ਸੀਟਾਂ ਹਾਰਨ ਦੇ ਬਾਵਜੂਦ ਕੇਜਰੀਵਾਲ ਦਾ ਅੱਗੇ ਦਾ ਕੀ ਪਲਾਨ ਹੋਏਗਾ ਪੰਜਾਬ ਦੇ ਵਿੱਚ, ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣ ਦੇ ਲਈ ਇਸ ਤੋਂ ਵੱਡਾ ਕੀ ਮੁੱਦਾ ਚੱਕਿਆ? ਪਹਿਲੀ ਗੱਲ ਤਾਂ ਭਾਜੀ ਹੁਣ ਤਾਂ ਗੱਲ ਹੀ ਉਹ ਤਾਂ ਹਰਿਮੰਦਰ ਹੀ ਚਲਾ ਗਿਆ ਕੱਲ੍ਹ ਦਾ, ਮੈਂ 2-3 ਦਿਨ ਜਾਣਾ ਸੀ, 2-3 ਦਿਨ ਜਾਣਾ ਸੀ, ਉਹ ਅੰਦਰ ਚਲਾ ਗਿਆ, ਹੁਣ ਬਾਹਰ ਆਊਗਾ ਤਾਂ ਫੇਰ ਹੀ ਕੋਈ ਕੀ ਪਲਾਨ ਕਰਨਗੇ ਦੇਖੋ, ਹਜੇ ਤਾਂ ਕੋਈ ਪਲਾਨ ਅੰਦਰ ਬਹਿ ਕੇ ਪਲਾਨ ਕੀ ਕਰੂਗਾ। ਫਰੀਦਕੋਟ ਦਾ ਦਿਨੇਸ਼ ਜੀ ਹਾਲ ਦੇਖੋ ਕੀ ਬਣਿਆ ਵਾ ਹੁਣ, ਜਿੱਥੋਂ ਹੰਸ ਰਾਏ ਹੰਸ ਬੀਜੇਪੀ ਤੋਂ ਕਰ ਰਹੇ ਸੀਗੇ ਕਾਫੀ, ਤੇ ਕੌਣ ਜਿੱਤ ਰਿਹਾ ਇੱਥੋਂ? ਫਰੀਦਕੋਟ ਤੋਂ ਜੀ ਇਸ ਟਾਈਮ ਸਭ ਤੋਂ ਵੱਡੀ ਜਿੱਤ ਹਾਸਲ ਕਰ ਚੁੱਕੇ ਆ ਜੀ ਸਰਬਜੀਤ ਸਿੰਘ ਖਾਲਸਾ। ਸਰਬਜੀਤ ਸਿੰਘ ਜੀ ਖਾਲਸਾ ਆਜ਼ਾਦ ਉਮੀਦਵਾਰ ਹੈ, ਉਹਨਾਂ ਨੇ ਜਿਹੜਾ ਮੋਰਚਾ ਮਾਰ ਰਿਹਾ ਫਰੀਦਕੋਟ ਤੋਂ, ਵੱਡੇ ਵੱਡੇ ਮਹਾਰਥੀ ਜਿਹੜੇ ਹਾਰ ਗਏ ਆ, ਕਰਮਜੀਤ ਸਿੰਘ ਅਨਮੋਲ ਵੀ ਹਾਰ ਗਏ, ਭਗਵੰਤ ਮਾਨ ਦੇ ਚਹੇਤੇ ਸੀਗੇ ਉਹਨਾਂ ਨਾਲ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ, ਅੰਤਰਾਏ ਹਾਰ ਗਏ ਆ। ਅਰੋੜਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਵੱਡੇ ਵੱਡੇ ਮਹਾਰਥੀ ਢਲ ਗਏ ਆ ਤੇ ਆਜ਼ਾਦ ਉਮੀਦਵਾਰ ਜਿੱਤ ਗਿਆ ਉੱਥੋਂ? ਭਾਜੀ ਆਜ਼ਾਦ ਉਮੀਦਵਾਰ ਜਿਹੜਾ ਅਰੋੜਾ ਸਾਹਿਬ, ਇੱਕ ਮਿੰਟ ਤੁਹਾਡੇ ਤੇ, ਹੁਣ ਆਪਾਂ ਹੰਸਰਾਜ ਜੀ ਦੀ ਗੱਲ ਕਰ ਰਹੇ ਹਾਂ, ਸਭ ਤੋਂ ਜ਼ਿਆਦਾ ਵੋਟਾਂ ਦੇਖੋ ਜੀ ਹੰਸਰਾਜ ਨੂੰ ਪਈਆਂ, ਇਹ ਗੱਲ ਮਜ਼ਾਕ 'ਚ ਆ, 95,000 ਵੋਟ, ਸਿਰਫ 95,000 ਵੋਟ ਹੰਸਰਾਜ ਨੂੰ ਪਈ, ਤੇ ਲੀਡ ਦੇਖੋ, ਲੀਡ 1,48,447 ਪਿੱਛੇ, ਬਹੁਤ ਵੱਡੀ ਲੀਡ, ਬਹੁਤ ਵੱਡੀ ਲੀਡ ਹੈ ਜੀ। ਦੱਸੀ ਜੀ ਕਿ ਜਿਹੜੇ ਚੌਧਰੀ ਆਪਣੇ ਸਰਬਜੀਤ ਖਾਲਸਾ ਜੀ ਆ, ਇਹਨਾਂ ਨੂੰ ਵੋਟਾਂ ਜਿਹੜੀਆਂ ਮਿਲੀਆਂ, ਇਹ ਹਮਦਰਦੀ ਵਾਲੀਆਂ ਵੋਟਾਂ ਮਿਲੀਆਂ ਜੀ ਜੀ ਜੀ, ਉਹ ਉੱਥੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ, ਔਰ ਉਹਨਾਂ ਦਾ ਇੱਕ ਵਧੀਆ ਨਾਮ ਸੀ ਉੱਥੇ ਏਰੀਆ 'ਚ, ਔਰ ਵਧੀਆ ਬੰਦਿਆਂ 'ਚ ਜੀ ਨਾਮ ਸੀਗਾ। ਇਹ ਮੇਨ ਦੋ ਸੀਟਾਂ ਸੀਗੀਆਂ ਇਹ, ਭਾਵੇਂ ਇਹਨਾਂ ਦੇ 4 ਸੀਟਾਂ ਬਣਾਈ ਜਾਂਦੀ ਸਿਮਰੇ ਮਾਨਸੀਅਮ ਤੇ ਲੱਖਾ ਸਦਾਣਾ ਵਗੈਰਾ 4 ਜਾਣੇ, ਪਰ ਇਹ ਜਿਹੜਾ ਮੇਨ ਪਹਿਲੇ ਇੱਕ ਅੰਮ੍ਰਿਤਪਾਲ ਸਿੰਘ ਜੀ ਤੇ ਇੱਕ ਇਹ ਜਿਹੜੇ ਆਪਣੇ ਆ ਸਰਬਜੀਤ ਜੀ, ਇਹਨਾਂ ਨੂੰ ਤਾਂ ਹਰ ਤਰ੍ਹਾਂ ਨਾਲ ਦੂਜੀਆਂ ਪਾਰਟੀਆਂ ਦੇ ਵੀ ਸਮਰਥਨ ਦਿੱਤਾ ਹੋਇਆ ਸੀ ਅੰਦਰ ਹੱਥੇ, ਸਪਸ਼ਟ ਆਪਾਂ ਬਿਆਨ ਦੇਖਦੇ, ਕੋਈ ਕਹਿੰਦਾ ਮੈਂ ਕਾਂਗਰਸ ਦਾ ਆ ਪਰ ਫਿਰ ਵੀ ਮੈਂ ਵੋਟ ਜਿਹੜੀ ਆ ਅੰਮ੍ਰਿਤਪਾਲ ਨੂੰ ਪਾਊਂਗਾ, ਇੱਧਰਲੇ ਕਹਿੰਦੇ ਮੈਂ ਸਰਬਜੀਤ ਨੂੰ ਪਾਊਂਗਾ। ਇਹ ਜਿਹੜੀਆਂ ਵੋਟਾਂ ਮਿਲੀਆਂ ਇਹ ਇੱਕ ਇਹਨਾਂ ਦੀ ਹਮਦਰਦੀ ਵਾਲੀਆਂ ਵੋਟਾਂ ਮਿਲੀਆਂ ਦੋਨਾਂ ਪਾਰਟੀਆਂ ਦੋਨਾਂ ਨੂੰ,
ਔਰ ਇਹ ਮਿਲਣ ਦੇ ਪਹਿਲਾਂ ਵੀ ਸੰਭਾਵਨਾ ਸੀ, ਹਾਲਾਂਕਿ ਅੰਮ੍ਰਿਤਪਾਲ ਦਾ ਲੱਗਦਾ ਸੀ ਵੀ ਕਿ ਹੋਊਗਾ ਥੋੜ੍ਹਾ ਜਿਹਾ ਮੁਕਾਬਲਾ, ਵੀ ਕਿਉਂਕਿ ਇੱਧਰ ਇੱਕ ਕਪੂਰਥਲੇ ਵਿੱਚ ਰਾਣਾ ਗੁਰਜੀਤ ਸਿੰਘ ਦਿਨੇਸ਼ ਜੀ, ਪਟਿਆਲੇ ਦਾ ਦੇਖੋ ਕੀ ਹਾਲ ਚੱਲ ਰਿਹਾ, ਕਿੰਨੀਆਂ ਵੋਟਾਂ ਤੋਂ ਜਿਹੜਾ ਵਾ ਅੱਗੇ ਜਿੱਤੇ ਆ ਪਟਿਆਲਾ, ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਮੰਨਿਆ ਜਾਂਦਾ ਉਹਨਾਂ ਦਾ, ਤੇ ਹੁਣ ਦੇਖਣਾ ਹੋਏਗਾ ਕਿ ਪਟਿਆਲੇ ਦੇ ਵਿੱਚ ਕੀ ਹਾਲ ਚਾਲ ਚੱਲਦਾ ਪਿਆ। ਹੁਣ ਦੇਖਦੇ ਹਾਂ ਤੁਹਾਡੇ ਸਾਹਮਣੇ ਜੋ ਨਤੀਜੇ ਸਾਡੇ ਜਿਹੜੀ ਇਹਨਾਂ ਦੀ ਧਰਮ ਪਤਨੀ ਹੈ ਕੈਪਟਨ ਸਾਹਿਬ ਦੀ, ਉਹ ਬਹੁਤ ਜ਼ਿਆਦਾ ਪਿੱਛੇ ਜਾ ਰਹੇ ਨੇ, ਤੀਸਰੇ ਨੰਬਰ ਤੇ ਜਿਹੜਾ ਉਹ ਆਏ ਨੇ, ਤੇ ਆਏ ਨੇ ਪਹਿਲੇ ਨੰਬਰ ਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਕਾਂਗਰਸ, ਉਹ ਕਾਂਗਰਸ ਦੇ ਉਹ 286,000 ਵੋਟ ਤੋਂ ਅੱਗੇ ਆ। ਕਾਂਗਰਸ ਨੇ ਵੀ ਜਿਹੜਾ ਪਟਿਆਲੇ ਦੇ ਵਿੱਚ ਮੋਰਚਾ ਮਾਰ ਲਿਆ, ਕੈਪਟਨ ਦੇ ਗੜ੍ਹ ਦੇ ਵਿੱਚ ਮੋਰਚਾ ਮਾਰਿਆ, ਕਿਵੇਂ ਦਾ ਤੁਹਾਨੂੰ ਲੱਗ ਰਿਹਾ ਅਰੋੜਾ ਸਾਹਿਬ ਦੱਸੋ। ਪਾਰਟੀ ਛੱਡਣ ਦੀ ਬੇਵਕੂਫੀ ਬਿਲਕੁਲ, ਅਰੋੜਾ ਸਾਹਿਬ ਨੇ ਕਿਹਾ ਜਿਹਦੀ ਝੋਲੀ ਚ ਜਿੱਤ ਆ ਉਹ ਆਪਣੀ ਜਿੱਤ ਹਾਸਲ ਹੀ ਨਹੀਂ ਕਰ ਰਿਹਾ, ਕੈਪਟਨ ਦੀ ਵੀ ਹੋ ਗਿਆ, ਕੈਪਟਨ ਦੀ ਫਾਈਨਲ ਹੁੰਦੀ ਸੀ ਬਿਲਕੁਲ, ਉਹ ਵੀ ਹਾਰ ਗਏ, ਬਿੱਟੂ ਦੀ ਵੀ ਨਹੀਂ ਹਾਰੀ, ਬਿੱਟੂ ਜੀ ਕਲੀਅਰ ਸੀਗੀ। ਅਰੋੜਾ ਸਾਹਿਬ ਕਿਤੇ ਨਾ ਕਿਤੇ ਜਦੋਂ ਇਹ ਪਾਰਟੀਆਂ ਛੱਡਦੇ ਲੋਕਾਂ ਨਾਲ ਨਾ ਇੱਕ ਧੋਖਾ ਕੀਤਾ ਜਾਂਦਾ ਵਾ, ਤੇ ਲੋਕ ਫਿਰ ਉਸਦਾ ਇਲੈਕਸ਼ਨਾਂ ਦੇ ਉੱਤੇ ਜਵਾਬ ਦਿੰਦੇ ਆ, ਇਹ ਹੁਣ ਤੁਹਾਡੇ ਹਿਸਾਬ ਨੇ ਲੋਕਾਂ ਨੇ ਜਵਾਬ ਦਿੱਤਾ ਉਹਨਾਂ ਨੂੰ? ਜਵਾਬ ਤਾਂ ਸਾਰੇ ਸਾਰੇ ਪਾਸੇ ਦੇਖੋ, ਜਿਹਨੇ ਚੰਗਾ ਕੰਮ ਕੀਤਾ ਉਹਨੂੰ ਚੰਗਾ ਰਿਜ਼ਲਟ ਮਿਲਿਆ, ਜਿਹਨੇ ਮਾੜੇ ਕੰਮ ਕੀਤੇ ਉਹਦਾ ਮਾੜਾ ਰਿਜ਼ਲਟ ਮਿਲਿਆ, ਜੇ ਹੁਣ ਲੋਕਾਂ ਨਾਲ ਰਿੰਕੂ ਨੇ ਧੋਖਾ ਕੀਤਾ ਤੇ ਲੋਕਾਂ ਨੇ ਵੀ ਦੱਸ ਆ ਭਾਈ ਸਾਹਿਬ ਹੋਰ ਸੀਟ ਦੇ ਵਿੱਚ ਵੀ ਕੋਈ ਆਪਣਾ ਜ਼ਿਆਦਾ ਕਮਾਲ ਨਹੀਂ ਦਿਖਾ ਸਕੇ। ਸੁਖਪਾਲ ਸਿੰਘ ਖਹਿਰਾ 1,84,000 ਵੋਟ ਦੇ ਨਾਲ ਹੀ ਸਿਰਫ ਦੂਜੇ ਨੰਬਰ ਤੇ ਆਏ ਨੇ, ਤੇ ਮੀਤ ਹੇਰ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ, ਸਿਮਰਜੀਤ ਸਿੰਘ ਮਾਨ ਜਿਹੜਾ ਤੀਸਰੇ ਨੰਬਰ ਤੇ ਆਏ ਨੇ, ਤੇ 1,66,692 ਵੋਟਾਂ ਦੀ ਜਿਹੜੀ ਉਹਨਾਂ ਨੇ ਲੀਡ ਦਿੱਤੀ ਆ। ਪਲੱਸ ਭਾਰਤੀ ਜਨਤਾ ਪਾਰਟੀ ਚੌਥੇ ਨੰਬਰ ਤੇ ਆ, ਅਰਵਿੰਦ ਖੰਨਾ 1,26,000 ਵੋਟ ਦੇ ਨਾਲ। ਇੱਕ ਆਮ ਆਦਮੀ ਪਾਰਟੀ ਨੂੰ ਬਹੁਤ ਵਧੀਆ ਉੱਥੋਂ ਹੁੰਗਾਰਾ ਮਿਲਿਆ ਵਾ, ਇੱਕ ਦਲਵੀਰ ਗੋਲਡੀ ਜਿਹੜਾ ਕਾਂਗਰਸ ਛੱਡ ਕੇ ਉਹਨਾਂ ਨੇ ਉੱਥੇ ਜੁਆਇਨਿੰਗ ਕੀਤੀ। ਸੁਖਪਾਲ ਸਿੰਘ ਖਹਿਰਾ ਦੇ ਬਹੁਤ ਉੱਥੇ ਗਰਜਦੇ ਸੀ ਕਿ ਮੈਂ ਪ੍ਰੋਪਰ ਮੇਰੀ ਜਿੱਤ ਹੋਏਗੀ, ਇੱਥੋਂ ਮੈਂ ਜਿੱਤਿਆ ਹੋਇਆ ਵਾਂ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਭਾਈ ਸੁਖਪਾਲ ਖਹਿਰਾ ਤਾਂ ਹਰ ਵਾਰੀ ਕਹਿੰਦਾ ਜੀ, ਉਹ ਤਾਂ ਆਪਣੇ ਘਰ ਦੇ ਵਿੱਚੋਂ ਹਾਰ ਜਾਂਦਾ, ਖਡੂਰ ਸਾਹਿਬ ਇੱਥੇ ਆਪਣੇ ਭਲਾਥੇ ਏਰੀਏ 'ਚੋਂ ਵੀ ਹਾਰਦਾ ਹੀ ਰਿਹਾ, ਜੇ ਇੱਕ ਇੱਥੇ ਬੀਬੀ ਜਗੀਰ ਕੌਰ ਨਾਲ ਉਹਦਾ ਜ਼ਿਆਦਾ ਹੁੰਦਾ ਸੀਗਾ, ਜਾਂ ਤਾਂ ਇੱਧਰ ਹੀ ਲੜਦਾ, ਹੁਣ ਉੱਥੇ ਜਾ ਕੇ ਲੜਿਆ ਅਤੇ ਉੱਥੇ ਪਹਿਲਾਂ ਵੈਸੇ ਤਾਂ ਕਿਉਂਕਿ ਤੁਸੀਂ ਭਗਵੰਤ ਮਾਨ ਪਹਿਲੇ ਇੱਥੇ ਹੁੰਦਾ ਸੀ MP, ਚਲੋ ਆਪਣੇ ਏਰੀਏ 'ਚ ਅਗਲੇ ਕੁਛ ਕੀਤਾ ਹੁੰਦਾ ਆ, ਭਗਵੰਤ ਮਾਨ ਨੇ ਥੋੜ੍ਹਾ ਆਪਣੇ ਉਸ ਟਾਈਮ 'ਤੇ ਜੋ ਇਕੱਲਾ MP ਸੀਗਾ ਉਦੋਂ ਵਧੀਆ ਸੀਗਾ, ਇਸੇ ਕਰਕੇ ਲੋਕਾਂ ਨੇ ਉਹਨੂੰ CM ਬਣਾਤਾ, ਹੁਣ CM ਬਣਿਆ ਲੋਕਾਂ ਦੀਆਂ ਉਮੀਦਾਂ 'ਤੇ ਨਹੀਂ ਸਾਰਾ ਸਹੀ ਉਤਰਿਆ। ਖਡੂਰ ਸਾਹਿਬ ਇਲਾਕੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਵਾ ਉਹ ਨੰਬਰ 1 'ਤੇ ਆ ਜੀ, ਹੋ ਗਿਆ ਹੁਣ 3,12,000 ਵੋਟ ਤੋਂ, ਇੱਕ ਐਡਾ ਮਾਰਜਨ ਰੋੜਾ ਸਾਹਿਬ ਕੀ, ਬਹੁਤ ਵੱਡਾ ਮਾਰਜਨ ਹੁੰਦਾ ਇਹ, ਉਹ ਵੀ ਆਜ਼ਾਦ ਉਮੀਦਵਾਰ 1,37,780 ਵੋਟਾਂ ਤੋਂ ਅੱਗੇ, ਤੁਸੀਂ ਆਪ ਦੇਖੋ ਇੱਕ ਬੰਦਾ ਅੰਦਰੋਂ ਲੜ ਰਿਹਾ, NSA ਲੱਗੀ ਹੋਈ ਉਹਦੇ ਉੱਤੇ। ਤਹਿਲਕਾ ਪੰਜਾਬੀ ਟੀਵੀ ਨੇ 3 ਦਿਨ ਦਾ ਸਰਵੇ ਉੱਥੇ ਕੀਤਾ, ਮੈਂ ਖੁਦ ਇਸ ਚੀਜ਼ ਦਾ ਗਵਾਹ ਹਾਂ, ਅਸੀਂ ਖੁਦ ਉੱਥੇ ਜਾਂਦੇ ਰਹੇ ਹਾਂ, ਜੋ ਉੱਥੇ ਦੇ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਨਾਗੋਕੇ ਲਾਗੇ ਜਿੰਨੇ ਪਿੰਡ ਆ, ਗੁਰੂ ਕਾ ਜੰਡਿਆਲਾ ਲਾ ਲਓ, ਜਿੰਨੇ ਵੀ ਪਿੰਡ ਹੈਗੇ, ਉਹ ਸਾਰਿਆਂ ਨੇ ਅੱਜ ਸਾਬਿਤ ਕਰਕੇ ਦਿਖਾ ਦਿੱਤਾ, ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਰਕੇ ਦਿਖਾਇਆ, ਅੰਮ੍ਰਿਤਪਾਲ ਨੂੰ ਜਿੱਤ ਦੀ ਘੋਸ਼ਣਾ ਦੇ ਵਿੱਚ ਲੈ ਗਏ ਨੇ। ਉਹ ਤੋਂ ਬਾਅਦ ਗੱਲ ਕਰਦੇ ਹਾਂ, ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਲੱਗਾ ਕਿ 5ਵੇਂ ਨੰਬਰ ਤੇ ਅਕਾਲੀ ਦਲ ਖਡੂਰ ਸਾਹਿਬ ਤੋਂ ਆਇਆ, ਕਿਵੇਂ ਦੇਖਦੇ ਹੋ? ਸਿਰਫ 67,993 ਵੋਟਾਂ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਪਾਰਟੀ ਸਿੱਖਾਂ ਦੀ ਪਾਰਟੀ ਮੰਨੀ ਜਾਂਦੀ ਹੈ, ਉਸ ਚੀਜ਼ ਦਾ ਗਾੜੇ
ਵਿਰਸਾ ਸਿੰਘ ਬਲਟੋਹਾ ਬਹੁਤ ਮਾੜੀ ਹਾਰ ਦੇ ਨਾਲ, ਬਹੁਤ ਮਾੜੀ ਹਾਰ ਪੰਜਵੇਂ ਨੰਬਰ ਤੇ। ਵਿਰਸਾ ਸਿੰਘ ਬਲਟੋਹਾ ਇੱਕ ਵੱਡਾ ਨਾਮ ਸੀ, ਪਰ ਇਹ ਸੀਗੇ ਇਸ ਵੇਲੇ ਸਿਆਣੇ ਕਹਿੰਦੇ ਕਿ ਚੜ੍ਹਦੇ ਸੂਰਜ ਨੂੰ ਜਿਹੜੀਆਂ ਸਲਾਮਾਂ ਹੁੰਦੀਆਂ ਆ, ਬਿਲਕੁਲ ਜੀ, ਔਰ ਉਹਨਾਂ ਨੂੰ ਸੋਚਣਾ ਚਾਹੀਦਾ ਸੀ। ਪਦਕੇ ਉਹਨਾਂ ਨੂੰ ਕਿਹਾ ਵੀ ਗਿਆ ਸੀ ਵੀ ਭਾਈ ਉਹ ਵੀ ਪੰਥਕ ਮਾਮਲਾ ਆ, ਇਹ ਵੀ ਪੰਥਕ ਮਾਮਲਾ ਆ, ਵੀ ਤੁਸੀਂ ਉਹਦੇ ਮੁਕਾਬਲੇ ਨਾ ਖੜੋ। ਬਿਲਕੁਲ। ਪਰ ਹੁਣ ਆਪਣੇ ਮਾਨ ਗਰੁੱਪ ਨੇ ਵੀ ਉੱਥੇ ਆਪਣਾ ਬੰਦਾ ਖੜਾ ਕੀਤਾ ਸੀ, ਪਰ ਜਦੋਂ ਉਹਦੀ ਸੀਟ ਕਲੀਅਰ ਹੋ ਗਈ ਅਮਰਪਾਲ ਦੀ ਤੇ ਉਹਨਾਂ ਨੇ ਆਪਣਾ ਬੰਦਾ ਪਿੱਛੇ ਕਰ ਲਿਆ, ਕਿਉਂਕਿ ਮਾਨ ਸਾਹਿਬ ਨੇ ਇੱਕ ਸਟੇਜ ਤੇ ਕਿਹਾ ਸੀ ਤੇ ਜਿਹਦੇ ਫਾਰਮ ਭਰੇ ਸੀ ਉਹ ਬੰਦਾ ਕਹਿੰਦਾ ਜੀ ਮੈਨੂੰ ਭਾਵੇਂ ਨਹੀਂ ਪਤਾ ਪਰ ਜੇ ਸਾਡੇ ਮਾਨ ਸਾਹਿਬ ਨੇ ਕਹਿ ਤਾ। ਲਾਲਜੀਤ ਸਿੰਘ ਭੁੱਲਰ ਬਾਰੇ ਕੀ ਖਿਆਲ ਹੈ? ਆਮ ਆਦਮੀ ਪਾਰਟੀ ਤੋਂ ਮੰਤਰੀ ਵੀ ਰਹੇ ਨੇ, ਮੰਤਰੀ ਵੀ ਉਹ ਵੀ ਹਾਰ ਗਏ ਆ, ਚਰਚਾ ਚ ਵੀ ਕਾਫੀ ਰਹਿੰਦੇ ਰਹੇ ਭਾਈ। ਆਪਣੇ ਟਿਕਟਾਂ ਦਿੱਤੀਆਂ ਸੀ ਕਿ ਆਉਣ ਵਾਲੇ ਟਾਈਮ ਚ ਇਹਨਾਂ ਨੂੰ ਕਿੰਨਾ ਗੇਦਾ ਨੁਕਸਾਨ ਜਿਹੜਾ ਹੋ ਸਕਦਾ, ਇਹਨਾਂ ਦੇ ਮੰਤਰੀ ਹਾਰ ਗਏ ਆ ਜੀ। ਹੁਣ ਸਾਰੇ ਪਾਸੇ ਦੇ ਸੀ, ਹੁਣ ਪਹਿਲਾਂ ਰਿੰਕੂ ਲਿਆਂਦਾ ਸੀ, ਰਿੰਕੂ ਕਾਂਗਰਸ ਚੋਂ ਲਿਆਂਦਾ ਸੀਟ ਖੜੀ ਕਰਤਾ, ਹੁਣ ਐਤਕੀ ਨਹੀਂ ਫਿਰ ਰਿੰਕੂ ਛੱਡ ਗਿਆ, ਫ੍ਰੀ ਹੋ ਗਏ, ਫਿਰ ਟੀਨੂ ਆਇਆ ਉਹਨੂੰ ਖੜਾ ਕੀਤਾ, ਇਹਨਾਂ ਕੋਲ ਆਪਣੇ ਬੰਦੇ ਨਹੀਂ। ਤਾਂ ਜੇ ਅਗਰ ਉਸੀ ਵੇਲੇ ਕੋਈ ਆਪਣਾ ਕੋਈ ਵਧੀਆ ਭਾਵੇਂ ਲੀਡਰ ਖੜਾ ਕਰਦੇ, ਕੋਈ ਨਵਾਂ ਬੰਦਾ ਖੜਾ ਕਰਦੇ, ਕੋਈ ਚਿਹਰਾ ਖੜਾ ਕਰਦੇ ਜਿਹੜਾ ਹੁੰਦਾ ਆਪਣੇ ਜਲੰਧਰ ਦਾ ਕੋਈ ਖਾਸ, ਪਰ ਇਹਨਾਂ ਨੇ ਚੀਜ਼ ਸੋਚੀ ਨਹੀਂ। ਔਰ ਹੁਣ ਹਰੇਕ ਨੂੰ ਪਤਾ ਲੱਗਾ, ਹੁਣ ਜਿੰਨੇ ਵੀ ਇਹਨੇ ਮਿਨਿਸਟਰ ਖੜੇ ਕੀਤੇ ਆ ਸਾਰੇ, ਕੋਈ MLA ਸੀ, ਕੋਈ ਕੁੱਦਾਂ ਸੀ, ਨਵਾਂ ਬੰਦਾ ਤਾਂ ਕਿਤੇ ਵੀ ਨਹੀਂ ਕੀਤਾ, ਵਧੀਆ ਬੰਦਾ ਖੜਾ ਲੱਭਾ ਹੀ ਨਹੀਂ। ਪੰਜਾਬ ਦੀਆਂ 13 ਦੀਆਂ 13 ਸੀਟਾਂ ਉੱਤੇ ਤੁਹਾਨੂੰ ਹਰੇਕ ਜਾਣਕਾਰੀ ਦਿੱਤੀ ਕਿੱਥੋਂ ਕਿਹੜਾ ਕੈਂਡੀਡੇਟ ਨੇ ਮੋਰਚਾ ਮਾਰਿਆ। ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਉਹ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਹੋਇਆ, ਅਤੇ ਦੁਬਾਰਾ ਜਿਹੜਾ ਕਾਂਗਰਸ ਨੇ ਆਪਣਾ ਗੜ੍ਹ ਪੈਰ ਦੁਬਾਰਾ ਜਿਹੜਾ ਅਪਣਾ ਲਿਆ ਵਾ, ਇੱਕ ਪੈਰ ਜਮਾ ਲਿਆ ਵਾ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਇਸੇ ਤਰ੍ਹਾਂ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਅਤੇ ਰੋੜਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਮਾਜਵਾਦੀ ਸ਼ਿਵ ਸੈਨਾ ਸਮਾਜਵਾਦੀ ਤੋਂ ਇਹਨਾਂ ਦਾ ਬਹੁਤ ਬਹੁਤ ਸਾਡੇ ਸਟੂਡੀਓ ਦੇ ਵਿੱਚ ਆਏ, ਅੰਕਿਤ ਜੀ ਅਤੇ ਦਿਨੇਸ਼ ਜੀ ਅਤੇ ਰਾਜੂ ਜੀ ਦਾ ਅਤੇ ਸ਼ੰਮੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਤੁਹਾਡਾ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ।